ਹਾਂਜੀ ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਸਾਇੰਸ ਜ਼ੈਡ 107 ਐਫਐਮ ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਇਹ ਜੀ ਨਵਜੋਤ ਸਿੰਘ ਜਾਂ ਨਵਜੋਤ ਸਿੰਘ ਹਰੀਕੇ ਕੋਈ ਪ੍ਰਚਾਰਕ ਹੈਗਾ ਆ ਤੇ ਗੱਲਬਾਤ ਇਹਦੀ ਸਾਰੀ ਇਦਾਂ ਦੀ ਸੀ ਵੀ ਉਹਨੂੰ ਆਪਾਂ ਇਦਾਂ ਰੋਕ ਰੋਕ ਕੇ ਵਿਚਾਰ ਕਰਕੇ ਹਨਾ, ਕਿਉਂਕਿ ਇੰਨੀਆਂ ਜੱਬਲੀਆਂ ਜਿੰਨੀਆਂ ਬੰਦੇ ਕਾਪੀ ਪੇਸਟ ਇੰਨਾ ਜ਼ਿਆਦਾ ਕਰਦੇ ਆ ਨਾ, ਇੱਦਾਂ ਜਿਸ ਬੰਦੇ ਨੂੰ ਮਨ ਬੈਠੇ ਆ ਨਾ, ਇੱਕ ਤਾਂ ਪੰਜਾਬ ਚ ਬੈਠੇ ਬੰਦਿਆਂ ਦੀ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਵੀ ਜਿਹੜੇ ਬਾਹਰਲੇ ਮੁਲਕ ਦਾ ਜਦੋਂ ਕੋਈ ਗੱਲ ਕਰਦਾ ਨਾ, ਕੋਈ ਫੋਨ ਕਰਦਾ, ਉਹਨੂੰ ਇੱਦਾਂ ਮੰਨਦੇ ਆ ਵੀ ਇਹ ਪਤਾ ਨੀ ਕੀ ਆ। ਕਿਸੇ ਟਾਈਮ ਬਾਹਰੋਂ ਗਿਆ ਨਾ ਇੱਦਾਂ ਡੀਲ ਹੁੰਦੀ ਸੀ, ਹੁਣ ਅਸੀਂ ਸੋਚਦੇ ਹਾਂ ਵੀ ਪੰਜਾਬ ਦੇ ਲੋਕ ਸਿਆਣੇ ਹੋ ਗਏ, ਠੀਕ ਆ। ਹੁਣ ਅਸੀਂ ਅੱਜ ਤੋਂ 40 ਸਾਲ ਪਹਿਲਾਂ ਨਾ ਜਦੋਂ ਕਿਸੇ ਬੰਦੇ ਨੇ ਕੈਨੇਡਾ ਅਮਰੀਕਾ ਤੋਂ ਜਾਣਾ, ਉਹਨਾਂ ਨਿਆਣਿਆਂ ਦੀਆਂ ਗਲਤੀਆਂ ਨੂੰ ਇੱਦਾਂ ਉਹਨਾਂ ਦੀਆਂ ਮੂਰਖਤਾਵਾਂ ਨੂੰ, ਠੀਕ ਹੈ, ਸਾਰੇ ਹੀ ਸਮਾਰਟ ਥੋੜੇ ਹੁੰਦੇ ਨਿਆਣੇ, ਠੀਕ ਹੈ, ਕਈ ਸਿੱਧੇ ਵੀ ਹੁੰਦੇ ਆ, ਉਹ ਜਿਹੜੇ ਜਿਹੜੇ ਜਿਹਨੂੰ ਛੱਪੜ ਚ ਵੜ ਗਿਆ ਕੋਈ ਉਲਟਾ ਕੰਮ ਕਰਨ ਲੱਗ ਪਿਆ ਇੱਦਾਂ, ਉਹਦੀ ਮੂਰਖਤਾ ਨੂੰ ਇੱਦਾਂ ਕਰਨਾ ਵੀ ਇਹ ਨਹੀਂ ਕੋਈ ਗੱਲ ਹੋਣੀ, ਇਹ ਤਾਂ ਬਾਹਰੋਂ ਆਇਆ ਰਾਜ ਹੋਣਾ ਇੱਦਾਂ ਇੱਦਾਂ ਥੋੜੀ ਆ। ਤੇ ਉਹ ਜਿਹੜੇ ਬਾਹਰੋਂ ਜਾਂਦੇ ਵੀ ਸੀ ਨਾ, ਉਹਨਾਂ ਚ ਵੀ ਇੱਦਾਂ, ਸਾਡੇ ਨਾ ਗੁਆਂਢੀ ਟੱਬਰ ਉਹ ਕੈਨੇਡਾ ਚ ਬਹੁਤ ਚਿਰਾਂ ਦੇ, ਤੇ ਉਹ ਫ੍ਰੀ ਸਟਾਈਲ ਦਾ ਭਲਵਾਨ ਕਾਫੀ ਕੁਛ ਇੱਦਾਂ ਜਾਣੀ, ਉਦੋਂ ਉਹਨਾਂ ਦਿਨਾਂ ਚ ਮੈਗਜ਼ੀਨਾਂ ਚ ਫੋਟੋ ਹੁੰਦੀਆਂ ਸੀ ਜਾਣੀ, ਮੈਨੂੰ ਹੁਣ ਨੀ ਇੱਦਾਂ ਚੇਤਾ ਵੀ ਕਿਹੜੇ ਸ਼ਹਿਰ ਚ ਆ ਕਿੱਦਾਂ ਇੱਦਾਂ ਸੁਣਦੇ ਹੁੰਦੇ ਸੀ ਬੜਾ ਘਰੋੜ ਕੇ ਜਦੋਂ ਉਹਨੇ ਕਿਤੇ ਯੂਬਾ ਸਿਟੀ ਇੱਦਾਂ ਕੁਛ ਕਹਿਣਾ ਵੀ ਹੁਣ ਪਤਾ ਨੀ ਕੁਛ ਟੱਬਰ ਅਮਰੀਕਾ ਦੇ ਵਿੱਚ ਜਾਂ ਕੁਛ ਕੈਨੇਡਾ ਚ ਹੋਊਗਾ ਉਹਨਾਂ ਦਾ। ਉਹ ਜਦੋਂ ਉਹ ਹੁਣ ਉਹ ਟੱਬਰ ਸੀ ਪੁਰਾਣਾ ਤੇ ਇੰਡੀਆ ਤੋਂ ਵੀ ਰੱਜਿਆ ਪੁੱਜਿਆ ਸੀ, ਜਾ ਕੇ ਉੱਥੇ ਕੰਮ ਵੀ ਸੋਹਣਾ ਸੀ, ਇੱਕ ਉੱਦਾਂ ਭਲਵਾਨੀ ਦੇ ਵਿੱਚ ਆਫਿਸ ਜਾਣੀ ਓਬੀਅਸਲੀ ਵੀ ਪੈਸਾ ਖੁੱਲਾ ਹੋਊਗਾ। ਜਦੋਂ ਜਾਣਾ ਉਹਨੇ ਜਾਣਾ ਵੀ ਹੁਣ 8-10 ਜੀ ਇਕੱਠਿਆਂ ਨੇ ਜਾਣਾ, ਕਈ ਵੱਡਾ ਟੱਬਰ ਸੀ, ਹੌਲੀ ਹੌਲੀ ਕਰਕੇ ਸਾਰੇ ਵੀ ਬਾਹਰ ਸੱਦ ਲਏ, ਸੌਖਾ ਸੀ ਉਦੋਂ। ਤੇ ਜਦੋਂ ਜਾਣਾ ਉਹਨੇ ਪਿੰਡ ਚ ਤੇ ਸਾਰਿਆਂ ਨੂੰ ਕੁਛ ਨਾ ਨੇੜੇ ਤੇੜੇ ਵਾਲੇ ਨੂੰ ਕੋਈ ਨਾ ਕੋਈ ਗਿਫਟ ਲੈ ਕੇ ਜਾਣੇ ਹਨਾ, ਤੇ ਇੱਦਾਂ ਕਾਜੂ ਹੁਣ ਉਦੋਂ ਪਤਾ ਨੀ ਸੀ 60-60 ਕਿਲੋ ਦਾ ਭਾਰ ਜਾਂਦਾ ਸੀ, ਜੇ ਹੁਣ 10 ਜੀ ਗਏ ਆ ਹਨਾ, ਤੇ ਉਦੋਂ ਸਮਾਨ ਵੀ ਖੁੱਲਾ ਚੱਲ ਜਾਂਦਾ ਸੀ, ਮੇਵੇ ਕਿਆ ਸੈਂਟਾਂ ਕਿਆ ਇੱਦਾਂ ਹਨਾ। ਹੁਣ ਬਾਹਰੋਂ ਤਾਂ ਬੰਦਾ ਵਰਤੀ ਹੋਈ ਚੀਜ਼ ਵੀ ਲੈ ਜਾਂਦਾ, ਉਹ ਵੀ ਜਿਹੜੀ ਹੁਣ ਵਿਕਸ ਵਗੈਰਾ ਹੁੰਦੀ ਇੱਦਾਂ ਨੱਕ ਚ ਕਰਨੇ ਵਾਲੀ, ਨੱਕ ਖੁੱਲ ਜਾਂਦਾ ਇੱਦਾਂ। ਹੁਣ ਉਹਨਾਂ ਦਿਨਾਂ ਚ ਜਦੋਂ 40 ਸਾਲ ਪਹਿਲਾਂ ਇੱਦਾਂ ਬਾਹਰੋਂ ਜਾਣੀ ਹੈ ਤਾਂ ਵਰਤੀਓ ਵੀ ਹੋਵੇ, ਉੱਥੇ ਦੇਖ ਕੇ ਤਾਂ ਬੰਦੇ ਨੂੰ ਪਿੱਛਾ ਆ ਵੀ ਹੈਗਾ, ਉੱਥੇ ਆ ਵੀ ਹੈਗਾ ਇੱਦਾਂ। ਹੁਣ ਚਾਬੀਆਂ ਦੇ ਛੱਲੇ ਹੀ ਲੈ ਜਾਣੇ, ਉਹਨੇ 2-2 ਛੱਲੇ ਫੜਾ ਦੇਣੇ, ਤੇ ਉਹ ਜਿਸ ਸਟਾਈਲ ਨਾਲ ਉਹਨੇ ਰਹਿਣਾ ਨਾ ਜਾ ਕੇ ਇੱਦਾਂ, ਵੱਡੇ ਵੱਡੇ ਤੌਲੀਏ ਹੋਣੇ ਹਨਾ, ਸੋਹਣੇ ਸਲੀਪਰ ਤੌਲੀਏ ਵੀ ਇੰਨੇ ਮੋਟੇ, ਅਸੀਂ ਮੈਂ ਇੱਥੇ ਜਾਣੀ ਹੁਣ ਅਫੋਰਡ ਨੀ ਕਰ ਹੁੰਦਾ ਜਿੱਦਾਂ। ਤੇ ਉਹਨਾਂ ਸਾਡੇ ਇੱਕ ਹੋਰ ਨੇੜੇ ਗੁਆਂਢੀ ਸੀ, ਉਹ ਮੁੰਡਾ ਉਹਨਾਂ ਦਾ, ਉਹ ਟੱਬਰ ਆਮ ਜਿਹਾ ਸਾਡੇ ਵਰਗਾ ਜਾਣੀ, ਉਹ ਮੁੰਡਾ ਚੱਲ ਗਿਆ ਦੁਬਈ ਨੂੰ ਜਾਂ ਪਤਾ ਨੀ ਕਿਹੜੇ ਮੁਲਕ ਨੂੰ, ਉੱਥੇ ਛੋਟੇ ਮੋਟੇ ਨੂੰ, ਤੇ ਏਜੰਟ ਲੈ ਕੇ ਗਿਆ ਸੀ ਉੱਥੇ ਜਾ ਕੇ ਵੀਜ਼ੇ ਦੀ ਕੋਈ ਪ੍ਰੋਬਲਮ ਹੋ ਗਈ, ਤੇ 4-5 ਮਹੀਨੇ ਮੁੜੇ ਆਇਆ ਉਹ। ਤੇ ਜਦੋਂ ਆਇਆ ਨਾ ਉਹ 4-5 ਮਹੀਨੇ ਉਹ ਆਇਆ, ਤੇ ਉੱਥੇ ਸਾਡੇ ਲਾਗੇ ਚੌਂਤਾ ਹੁੰਦਾ ਸੀ ਇੱਦਾਂ, ਖੂਹ ਸੀਗਾ, ਖੂਹ ਬਣਾਤਾ ਥੜਾ ਜਿਹਾ, ਤੇ ਮੋਹਰੇ ਚੰਗੀ ਖੁੱਲੀ ਜਗ੍ਹਾ ਸੀ, ਦਰਖਤ ਸੀਗੇ 2-3, ਪਿੱਪਲ ਸੀ ਇੱਕ ਪਾਸੇ, ਉੱਥੇ ਨਿਆਣੇ ਖੇਡਦੇ ਖੁੱਡਦੇ ਹੁੰਦੇ ਸੀ, ਤੇ ਇੱਦਾਂ ਹੁਣ ਆਲੇ ਦੁਆਲੇ 20-30 ਘਰ ਸਾਰੇ ਉੱਥੇ ਨਿਆਣੇ ਨੇ ਖੇਡਣਾ। ਉੱਥੇ ਸ਼ਾਮ ਨੂੰ ਆ ਕੇ ਨਾ ਉਹ ਇੱਦਾਂ ਨਿਆਣੇ ਖੇਡਣ, ਉਹ ਆਇਆ ਤੇ ਉਹਨੂੰ ਤੌਲੀਆ ਰੱਖਿਆ ਮੋਢੇ ਤੇ, ਚੌਂਕ ਵੀ ਨੀ ਮੁੜਿਆ ਆ ਉਹ, ਠੀਕ ਹੈ, ਆਇਆ ਦਵਾਈਆਂ ਤੋਂ, ਉਹ ਜਿੱਦਾਂ ਪਟੈਂਡ ਕਰੇ ਜਿੱਦਾਂ ਉਹ ਭਲਵਾਨ ਹੁਣੀ ਆਉਂਦੇ ਹੁੰਦੇ ਆ ਮੁੱਢੇ ਦੇ ਤੌਲੀਆ। ਅੱਛਾ ਫੇਰ ਗਾਹਾਂ ਕੀ ਹੋਇਆ, ਨਿਆਣੇ ਖੇਡਦਿਆਂ ਨੂੰ ਇੱਦਾਂ ਆ ਕੇ ਤਾਂ ਮੁੰਡਾ ਆਵੇ ਬਈ ਉਹ ਮੇਰਿਆ ਰੱਬਾ, ਜਾਣੀ ਉਹ ਮੈਨੂੰ ਆ ਫੁਕਰਿਆਂ ਦਾ ਚੇਤਾ ਆਉਂਦਾ, ਜਾਣੀ ਕਈ ਪ੍ਰਟੈਂਡ ਇੱਦਾਂ ਕਰਦੇ ਆ ਉਹਨੂੰ। ਹੁਣ ਜਿਹੜੇ ਉਹ ਬੰਦੇ ਸੀਗੇ ਉਹ 30-40 ਸਾਲ ਗਿਆ ਨੂੰ ਹੋ ਗਿਆ, ਤੇ 4-5 ਸਾਲ ਹੀ ਗੇੜੀ ਮਾਰਨੀ ਉਹਨੇ, ਠੀਕ ਹੈ। ਹੁਣ ਕਈ ਵਾਰੀ ਨਿਆਣਾ ਹੁੰਦਾ ਹੀ ਆ ਵੀ ਕੌਣ, ਹੁਣ ਜੇ ਤੁਸੀਂ 20 ਸਾਲੀ ਜਾ ਕੇ ਦੇਖੋ ਪਤਾ ਨੀ ਲੱਗਦਾ, ਨਾਲੇ ਜੇ ਤੁਸੀਂ 3-4 ਸਾਲ ਬਾਅਦ ਜਾਂਦੇ ਵੀ ਸਾਰਿਆਂ ਨੇ ਥੋੜੋ ਨਿਆਣੇ ਪਛਾਣੇ ਆਉਣੇ ਆ, ਪਿੰਡ ਚ ਰਹਿੰਦਾ ਬੰਦਾ ਤਾਂ ਛੋਟੇ ਬੱਚੇ ਨੂੰ ਦੇਖਦਾ ਤੇ 15 ਦਿਨ ਦੇਖ ਲਿਆ, ਮਹੀਨੇ ਬਾਅਦ ਦੇਖ ਲਿਆ, ਦੇਖ ਵੱਡਾ ਹੁੰਦਾ ਦੇਖਦਾ ਉਹਨੂੰ ਯਾਦ ਆ। ਹੁਣ ਜਿਹੜਾ ਬੰਦਾ 4 ਸਾਲੀ ਜਾਂਦਾ ਉਹਨੂੰ ਨਾਮ ਵੀ ਭੁੱਲ ਜਾਂਦੇ ਆ, ਓਬਵੀਅਸ ਆ ਵੀ ਕਿਤੇ ਪੁੱਛ ਲੈ ਉਹ ਵੀ ਆਹ ਕੌਣ ਵੇ ਮੁੰਡਾ, ਇਹ ਕਿਹਦਾ ਮੁੰਡਾ, ਕਾਕਾ ਕਿਹਦਾ ਮੁੰਡਾ ਬਈ ਤੂੰ, ਉਹ ਤਾਂ ਗੱਲ ਬਣਦੀ ਆ। ਹੁਣ ਜਿਹੜਾ 4 ਮਹੀਨੇ ਗਿਆ ਉਹ ਕੰਜਰ ਦਾ ਪੁੱਛਦਾ ਵੀ ਤੂੰ ਕਿਹਦਾ ਮੁੰਡਾ, ਇੱਦਾਂ ਦੇ ਫੁਕਰੇ ਆ ਜਾਣੀ ਸਾਡੇ। ਔਰ ਉਹ ਜਿਹੜੇ ਬੰਦੇ ਬਾਹਰੋਂ ਨਾ ਜਦੋਂ ਐਕਸਾਈਟਡ ਹੋ ਕੇ, ਇੱਕ ਪੰਜਾਬ ਬੈਠਿਆਂ ਨੂੰ ਬੇਨਤੀ ਕਰ ਦਈਏ, ਜਦੋਂ ਉੱਥੇ ਕੋਈ ਘਟਨਾ ਵਾਪਰਦੀ ਜਾਂ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਝਗੜਾ ਹੋ ਗਿਆ ਕਿਸੇ ਨਾਲ, ਅਗਰਾਈਆਂ ਗੁਰੀਆਂ ਵਾਲਾ ਕੰਮ ਤਾਂ ਹੁਣ ਕਾਫੀ ਘੱਟ ਗਿਆ ਆ, ਜਿਹੜੀ ਅੱਗੇ ਵੀਡੀਓ ਨਹੀਂ ਸੀ ਪੈਂਦੀਆਂ ਹੁੰਦੀਆਂ ਉੱਥੋਂ, ਉਹ ਤਾਂ ਘੱਟ ਗਿਆ ਬਹੁਤ ਨਾ, ਫੇਸਬੁੱਕ ਤੇ ਹੁਣ ਨਹੀਂ ਆਉਣੀਆਂ, ਫਰਕ ਬਹੁਤ ਪੈ ਗਿਆ ਨਾ। ਅੱਛਾ ਉਹ ਕਈ ਜਦੋਂ ਨਾ ਜੇ ਕਿਸੇ ਪੰਜਾਬ ਚ ਕਿਤੇ ਵਾਪਰਦਾ ਕੁਛ, ਜਿਹੜਾ ਵੀ ਬੰਦਾ ਪੰਜਾਬ ਵਾਲੇ ਨੂੰ ਬੇਨਤੀ ਆ,
ਜਿਹੜਾ ਵੀ ਬੰਦਾ ਬਾਹਰਲੇ ਮੁਲਕਾਂ ਚੋਂ ਤੁਹਾਨੂੰ ਫੋਨ ਕਰਕੇ ਕਾਹਲੀ ਕਾਹਲੀ ਨਾ ਗੱਲ ਪੁੱਛੂਗਾ ਜਾਂ ਹੌਸਲਾ ਦਊਗਾ, ਉਹਦੇ ਚ ਇੱਕ ਗੱਲ ਮੰਨ ਲਿਓ ਕੰਮ ਲੈਣਾ ਹੋਇਆ ਤਾਂ ਲੈ ਲਿਓ, ਤਾਂ ਕੋਈ ਗੱਲ ਨੀ, ਉੱਦਾਂ ਮੰਨ ਲਿਓ ਵੀ 90% ਉਹਦੇ ਚਾਂਸ ਆ ਵੀ ਫੁਕਰਾ ਹੋਊਗਾ। ਜੈਨੂਨ ਬੰਦਾ ਇੰਨੀ ਛੇਤੀ ਓਛਾ ਬੰਦਾ ਬਣਦਾ ਹੀ ਨੀ ਉਹ, ਠੀਕ ਹੈ। ਇੱਕ ਮੀਣੇ ਬੰਦੇ ਦਾ ਕੰਮ ਹੁੰਦਾ, ਉਹਨੂੰ ਲੱਗਦਾ ਹੁੰਦਾ ਵੀ ਮੇਰੇ ਚ ਯੋਗਤਾ ਹੈ ਨੀ, ਮੇਰੇ ਕੋਲ ਪੈਸਾ ਹੈਗਾ ਆ। ਬਹੁਤ ਸਾਰੇ ਬੰਦੇ ਹੈ ਨਾ ਭਾਈ ਭਰਾਵੋ ਬਾਹਰਲੇ ਮੁਲਕਾਂ ਚ ਇੱਦਾਂ ਦੇ ਆ ਜਿਨ੍ਹਾਂ ਕੋਲ ਬਹੁਤ ਸਾਰਾ ਕੈਸ਼ ਆ ਜਿਹੜਾ ਹੋਰ ਕਿਤੇ ਵਰਤ ਨੀ ਸਕਦੇ ਉਹ, ਉਹ ਫਿਰ ਦਸਵੰਧ ਚ ਇੱਦਾਂ ਲਾਉਂਦੇ ਆ, ਨਾਲੇ ਨਾ ਹੋ ਜਾਣਾ ਨਾਲੇ ਉੱਥੇ ਬੰਦਾ ਖਰੀਦਿਆ। ਹੁਣ ਜਿਹੜੇ ਮਨਪ੍ਰੀਤ ਲਿੱਟਾਂ ਵਰਗੇ ਬੰਦੇ ਆ ਉਹ ਗੋਲਡੀ ਹੁਣਾਂ ਨੇ 10-15 ਹਜ਼ਾਰ ਮਹੀਨੇ ਦਾ ਦੇ ਕੇ, ਹੁਣ ਜੇ 10,000 ਮਹੀਨੇ ਦਾ ਦਿੰਦੇ ਹੋਊਗੇ ਇੱਥੇ ਤਾਂ $200 ਬਣਦਾ। ਹੁਣ ਆਪ ਮੰਨ ਲਓ 10 ਜਣਿਆਂ ਦਾ ਗਰੁੱਪ ਆ ਤੇ $200 ਲਈ ਉਹਨਾਂ ਦਾ $20 ਬਣ ਗਿਆ ਮਹੀਨੇ ਦੇ $20, ਇੱਥੇ ਕੀ ਬਾਬਤ ਆ ਉਹਨਾਂ ਨੂੰ, ਕੁਛ ਵੀ ਨਹੀਂ, ਠੀਕ ਹੈ। ਵੈਸੇ ਵੀ ਜਿਹੜਾ ਬੰਦਾ ਬਿਜ਼ਨਸ ਕਰਦਾ ਜਿਹੜੀ ਜਿਹਦੀ 4-5 ਹਜ਼ਾਰ ਆਮਦਨ ਆ ਹਫ਼ਤੇ ਦੀ, ਮੰਨ ਲਓ 40-50 ਹਜ਼ਾਰ ਸੇਲ ਆ ਬਿਜ਼ਨਸ ਦੀ, ਠੀਕ ਹੈ, ਉਹਨੂੰ $200 ਮਹੀਨੇ ਦਾ ਕੱਢਣਾ ਕੀ ਔਖਾ ਆ। ਬਰਾਬਰ ਜੇ ਉਹ ਆਪ ਬੈਠ ਕੇ ਕੰਪਿਊਟਰ ਦੇ ਉੱਤੇ ਪੋਸਟਾਂ ਲਿਖੇ ਪਾਵੇ ਹੰਟ ਕਰੇ ਇੱਦਾਂ ਫੋਲੋ ਕਰੇ ਹਨਾ, ਉੱਥੇ ਬੰਦੇ ਨੂੰ ਦਿੱਤਾ ਆ ਅਗਲਾ, ਇੱਕ ਉਹਦੀ ਆਪਣੀ ਹੁਣ ਪ੍ਰੋਫਾਈਲ ਆ, ਇੱਕ ਤੁਹਾਡੇ ਗਰੁੱਪ ਦੀ ਆ, ਇੱਕ ਵੈਬਸਾਈਟ ਆ, ਉਹਦੇ ਉੱਤੇ ਦੇਖੀ ਜਾ ਰਿਹਾ ਤਾਂ ਦੇਖ ਕੇ ਉੱਥੇ ਮੈਸੇਜ ਕਰੀ ਜਾਂਦਾ ਫਟਾਫਟ ਵੀ ਜੀ ਫਲਾਣੇ ਧੁੰਦਾ ਜੀ ਦੀ ਵੀਡੀਓ ਆਈ ਆ ਤੇ ਉਹ ਸ਼ੇਅਰ ਕਰ ਦਿਆਂ ਮੈਂ, ਤੇ ਉਹ ਢੱਡਣ ਵਾਲੇ ਦੇ ਖਿਲਾਫ਼ ਆਹ ਪੋਸਟ ਆਈ ਉਹ ਪਾ ਦਿਆਂ ਮੈਂ, ਇੰਨਾ ਕੁ ਵਟਸਐਪ ਤੇ ਕਰੀ ਜਾਂਦਾ, ਅਗਲੇ ਦੱਸੀ ਜਾਂਦੇ ਆ, ਦਿਹਾੜੀ ਦੀਆਂ ਇੱਕ ਦੋ ਪੋਸਟਾਂ, ਇੱਕ ਦੋ ਵੈਬਸਾਈਟ ਤੇ ਖ਼ਬਰਾਂ ਪਾਤੀਆਂ, ਇੱਕ ਦੀ ਵੀਡੀਓ ਪਾਤੀ, ਇਹਨਾਂ ਨਾਲ ਅਗਲਾ ਆਪਣਾ ਕੰਮ ਕਰੀ ਜਾਂਦਾ ਤੇ ਉਹਦਾ ਉੱਥੇ ਦੁਕਾਨ ਚੱਲੀ ਜਾਂਦੀ ਆ, ਇਹ ਬਾਹਰਲਿਆਂ ਦੀ ਇੱਦਾਂ ਹਨਾ। ਇੱਦਾਂ ਦੇ ਬੰਦਿਆਂ ਨੇ ਜਿਹੜਾ ਸੱਤਿਆਨਾਸ ਮਾਰਿਆ ਆ ਤੇ ਉਹ ਪੰਜਾਬ ਚ ਬੈਠਾ ਜ਼ਰੂਰਤ ਗਰਜ ਦਾ ਮਾਰਿਆ ਬੰਦਾ ਹਰ ਤਰ੍ਹਾਂ ਨਾਲ ਗਿਰਨੇ ਨੂੰ ਤਿਆਰ ਆ। ਉਹਨਾਂ ਬੰਦਿਆਂ ਨੂੰ ਅਸੀਂ ਆਗੂ ਮੰਨੀ ਬੈਠੇ ਹਾਂ, ਅਸੀਂ ਉਹ ਕੰਸਿਡਰ ਕਰ ਲਿਆ ਪਹਿਲਾਂ, ਇਹ ਸਾਡੇ ਸਾਡੇ ਬੰਦੇ ਜਿਹੜੇ ਆ ਇਹ ਮੋਤਵਰ ਆ ਸਾਡੇ, ਇਹ ਹੁਣ ਸਾਨੂੰ ਭਵਰ ਵਿੱਚੋਂ ਕੱਢਣਗੇ। ਹੌਲੀ ਹੌਲੀ ਸਾਰੇ ਇੱਦਾਂ ਦੇ ਅੱਗੇ ਆਏ ਹੋ ਆ, ਨਹੀਂ ਤਾਂ ਜਿਹੜੇ ਜਿਹੜੇ ਬੰਦੇ ਇਹ ਢੱਡੀਆਂ ਵਾਲਿਆਂ ਨੂੰ ਸਵਾਲ ਪੁੱਛਦੇ ਆ, ਇਹਨੂੰ ਪੁੱਛੇ ਸੈਕਰਾਮੈਂਟ ਸਰਬਜੀਤ ਸਿੰਘ, ਸੈਕਰਾਮੈਂਟ ਨੂੰ ਪੁੱਛੋ ਤੁਸੀਂ ਵੀ ਤੂੰ ਕਿੱਥੋਂ ਵਿਦਵਾਨ ਬਣਿਆ ਬਈ, ਇੱਦਾਂ ਹੀ ਬਣੀ ਹੋਆ ਸਾਰੇ, ਹੌਲੀ ਹੌਲੀ ਬੋਲਦੇ ਬੋਲਦੇ ਕਰਕੇ ਸੈਕਰਾਮੈਂਟ ਹੁਣ ਮੋਨੇ ਸੀਗੇ, ਜਾਣੀ 20 ਸੈਂਟ ਵੀ ਇਹ ਬੰਦਿਆਂ ਨੂੰ, ਜਿੰਨੇ ਦਪਾਲਪੁਰੀ ਹੋਣੀ, ਜਿੰਨੇ ਜਿਹੜੇ ਬਰਸਾਲ ਹੋਣੀ ਆ, ਬਰਰਾਜ ਹੋਣੀ ਆ, 20-20 ਸੈਂਟ ਦੇ ਉੱਤੇ ਜਾਣੀ ਝਗੜਾ ਪਾਉਣੇ ਵਾਲੇ ਬੰਦੇ ਆ, ਏਦਾਂ ਦੇ ਬੰਦੇ ਆ। ਉਹ ਜਗਪਾਲ ਆ ਸਰੀ ਵਾਲਾ, ਏਡਾ ਊਤ ਬੰਦਾ, ਉਹ ਬੰਦੇ ਨੇ ਕੇਸ ਕਟਾਉਣੇ ਸੀ, ਉਹ 20 ਬੰਦਿਆਂ ਕੋਲ ਰੋਣੇ ਰੋ ਹਟਿਆ, ਜਾਣੀ ਕਿਸੇ ਨੂੰ ਕਹਿੰਦਾ ਵੀ ਮੈਂ ਫਿਲਮਾਂ ਬਣਾਉਣ ਜਾਣਾ ਤੇ ਮੈਂ ਉੱਥੇ ਹੁਣ ਮੈਨੂੰ ਕਿਸਾਂ ਦੇ ਨਾਲ ਤਾਂ ਫਿਰ ਸ਼ੂਟਿੰਗ ਨੀ ਹੋਣੀ, ਕਿਸੇ ਨੂੰ ਕਹਿੰਦਾ ਜਿੱਦਾਂ ਦਾ ਬੰਦਾ ਸੀ, ਕਿਸੇ ਨੂੰ ਕਹਿੰਦਾ ਵੀ ਯਾਰ ਮੇਰੇ ਸਿਰ ਚ ਫੋੜੇ ਹੋ ਗਏ ਤੇ ਮੇਰੇ ਹੁਣ ਜਦੋਂ ਮੈਂ ਘਰ ਜਾਣਾ ਤਾਂ ਘਰ ਵਾਲੀ ਗਾਲਾਂ ਕੱਢਦੀ, ਕਹਿੰਦੀ ਸਮੈਲ ਬਹੁਤ ਆਉਂਦੀ ਆ, ਹੈਂ ਫਿਰ ਉਹ ਇੱਦਾਂ ਇੱਦਾਂ ਕਰਕੇ ਪਲੋਟ ਤਿਆਰ ਕੀਤਾ। ਕੇਸ ਕਟਾਉਣੇ ਮਰਜ਼ਾ ਕਰ ਲਾ ਤੂੰ, ਤੇਰੇ ਨਾਲ ਉੱਥੇ ਕਿਹੜਾ ਗਾਹ ਪੰਥ ਤੇਰੇ ਮੋਢਿਆਂ ਤੇ ਖੜਾ ਆ ਹਨਾ। ਫਿਰ ਇਹ ਬੰਦੇ ਕੌਮ ਦੇ ਆਗੂ ਬਣ ਕੇ ਖੜੇ ਆ ਜੀ, ਅੜੜੀਆਂ ਸਟੇਟਮੈਂਟਾਂ ਫਿਰ ਦੇਂਦੇ ਚੱਕ ਕੇ, ਠੀਕ ਆ। ਤੇ ਇਹ ਭਾਈ ਇਹ ਜਿਹੜੀ ਨਾ ਇਹ ਨਿਸ਼ਾਨਦੇਹੀ ਆ ਬੜੀ ਜ਼ਰੂਰੀ ਆ। ਆਹ ਹੁਣ ਆ ਪ੍ਰਚਾਰਕ ਵੀ ਆ ਜਿਹੜੇ ਜਿਹੜੇ ਬੰਦੇ ਉੱਥੇ ਮਿਸ਼ਨਰੀ ਕਾਲਜਾਂ ਚ ਜਾਂ ਹੋਰ ਵੀ ਡੇਰਿਆਂ ਚ ਜਾ ਕੇ ਗਾਹਾਂ ਕਥਾਕਾਰ ਪ੍ਰਚਾਰਕ ਬਣਦੇ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੀ ਯੋਗਤਾ ਜ਼ਰੂਰ ਦੇਖ ਲਓ। ਰੋਟੀ ਤਾਂ ਸਾਰਿਆਂ ਨੇ ਖਾਣੀ, ਕੋਈ ਬੰਦਾ ਨਹੀਂ ਇੱਦਾਂ ਕਹਿੰਦਾ ਵੀ ਰੋਟੀ ਖਾਓ ਨਾ, ਖੋ ਲਓ ਕਿਸੇ ਦੀ, ਪਰ ਇੰਨਾ ਜ਼ਰੂਰ ਦੇਖ ਲਓ ਵੀ ਜਿਹੜੀ ਜ਼ਿੰਮੇਵਾਰੀ ਨਿਭਾਉਣ ਲੱਗੇ ਹਾਂ ਕੀ ਉਹਦੇ ਯੋਗ ਹੈਗੇ ਆ, ਜੇ ਨਹੀਂ ਹੈਗੇ ਤਾਂ ਮਿਹਨਤ ਕਰੀਏ ਆਪਾਂ, ਠੀਕ ਹੈ। ਹੁਣ ਇੱਕ ਵੀਰ ਉੱਥੇ ਇੰਡੀਆ ਤੋਂ, ਉਹ ਕਹਿੰਦਾ ਜੀ ਵੀ ਮੇਰਾ ਰਿਸ਼ਤਾ ਹੋਣ ਲੱਗਾ ਵੀ ਮੈਂ ਸਾਲ ਕੁ ਤਾਈਂ ਬਾਹਰ ਚਲ ਜਾਣਾ, ਵੀ ਮੈਂ ਕਹਾਂ ਹੁਣ ਕੀ ਪੜ੍ਹਾਂ। ਮੈਂ ਕਿਹਾ ਛੱਡ ਦੇ ਪੜ੍ਹਨਾ ਤੂੰ, ਤੂੰ ਪਹਿਲਾਂ ਤਾਂ ਆਈਲੈਟਸ ਕਰ, ਫਿਰ ਤੂੰ ਹੁਣ 1 ਸਾਲ ਆ ਤੇਰੇ ਕੋਲ, ਉਹਦੇ ਵਿੱਚ ਡਰਾਈਵਿੰਗ ਸਿੱਖ ਲਾ ਤੇ 1 ਸਾਲ ਦੇ ਵਿੱਚ ਬੋਲ ਇੱਦਾਂ, ਮਿਹਨਤ ਇੱਦਾਂ ਕਰ ਵੀ ਤੂੰ ਅਮਰੀਕਾ ਚ ਘੁੰਮ ਰਿਹਾ ਆ। ਵੀ ਅਕਸਰ ਵਿਆਹ ਹੋਣਾ ਕੁੜੀ ਅਮਰੀਕਾ ਦੀ ਜਾਂ ਜੰਮੀਓ ਹੋਊਗੀ, ਪੱਕੀ ਹੋਊਗੀ, ਉੱਥੇ ਪੜ੍ਹੀਓ ਹੋਊਗੀ, ਤੇਰਾ ਕੋਨਫੀਡੈਂਸ ਕਿੱਦਾਂ ਬਿਲਡ ਹੋਊਗਾ। ਤੂੰ ਜਾ ਕੇ ਉੱਥੇ 3 ਸਾਲ ਲਾਉਣੇ ਆ ਫਿਰ ਆਪਣੇ ਆਪ ਨੂੰ ਖੜਾ ਕਰਨੇ ਨੂੰ, ਹੁਣ ਤੈਨੂੰ ਪਤਾ ਤੇਰੇ ਕੋਲ ਸਾਲ ਹੈਗਾ ਆ। ਤੇ ਹੁਣ ਉਹ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਚਾਹੀਦਾ ਜਿੰਨਾ ਪੜ੍ਹ ਸਕਦੇ ਆ, ਜਿੰਨੀ ਮਿਹਨਤ ਜਿੰਨਾ ਗਿਆਨ ਇਕੱਠਾ ਕਰ ਸਕਦੇ ਆ, ਆਪ ਆਪਣਾ ਕੰਮ ਕਰਨਾ। ਅਸੀਂ ਅੱਗੇ ਵੀ ਗੱਲ ਕਰਦੇ ਸੀ ਵੀ ਮਿਸ਼ਨਰੀ ਕਾਲਜਾਂ ਚ ਇਹਨਾਂ ਨੂੰ ਸ਼ੈਫ ਨਹੀਂ ਰੱਖਣੇ ਚਾਹੀਦੇ, ਕੁੱਕ ਨਹੀਂ ਰੱਖਣੇ ਚਾਹੀਦੇ, ਇਹਨਾਂ ਨੂੰ ਸ਼ਰਤ ਇਹ ਰੱਖਣੀ ਚਾਹੀਦੀ ਆ ਵੀ ਉਹ ਬੱਚੇ ਆਉਣ ਜਿਹੜੇ ਆਪਣਾ ਖਰਚਾ ਚੱਕ ਸਕਣ, ਆ ਕੇ ਇੱਥੇ ਵਾਰੀਆਂ ਪਈਆਂ। ਹੁਣ 3 ਵਜੇ ਰਾਤ ਨੂੰ 9 ਵਜੇ ਸੌਣ, ਉਹ ਵਾਰੀ ਸਿਰ ਉੱਠਣ 3 ਵਜੇ 4 ਵਜੇ, ਸਵੇਰ ਦਾ ਜਿਹੜਾ ਬ੍ਰੇਕਫਾਸਟ ਕਰਨਾ, ਭਾਂਡੇ ਧੋਣ ਦਾ ਕੰਮ ਆ, ਵਾਰੀਆਂ ਪਈਆਂ। ਹੁਣ ਵੀ ਇਹ ਪੰਜਾਂ ਦਾ ਗਰੁੱਪ ਜਿਹੜਾ ਜਿੰਨੇ ਵੱਡੇ ਕੈਂਪ ਆ ਉਹਨਾਂ ਯਾਰ ਆਪ ਕਰਦੇ ਬੰਦੇ, ਇਹਨਾਂ ਮੁਲਕਾਂ ਜਿਹੜੇ ਬੱਚੇ ਜਾਂਦੇ ਕੈਂਪ ਲਾਉਣ, ਇੱਦਾਂ ਥੋੜੀ ਵੀ ਉਹਨਾਂ ਨੂੰ ਕਿਤੇ ਸ਼ੈਫ ਭੇਜਦੇ ਆ, ਨਾਲ 6-6 ਮਹੀਨੇ ਦੇ ਜੰਗਲਾਂ ਚ ਕੈਂਪ ਲੱਗਦੇ ਆ। ਉੱਥੇ ਸਾਰਾ ਇੱਕ ਵਾਰੀ ਘਰ ਅਗਲੇ ਖਾਣਾ ਲਿਜਾਣ ਨੂੰ ਕਹਿੰਦੇ ਵੀ 3 ਮਹੀਨੇ ਦਾ ਖਾਣਾ ਕੋਲ ਚੱਕੋ ਇੱਕ ਵਾਰੀ,
ਏਦਾਂ ਏਦਾਂ ਜ਼ਿੰਦਗੀ ਜੀਂਦੇ ਹੀ ਅਗਲੇ ਮਹੀਨੇ ਮਹੀਨੇ ਬਾਅਦ ਪਿੱਛੇ ਕੋਈ ਜਾਂਦਾ ਜਿਹੜਾ ਲਿਸਟ ਲਿਮਿਟਡ ਲਿਸਟ ਹੁੰਦੀ ਆ ਵੀ $30 ਤੋਂ ਵੱਧ ਸਮਾਨ ਨਹੀਂ ਖਰੀਦਣਾ ਤੁਸੀਂ ਏਦਾਂ ਏਦਾਂ ਸਿਖਾਉਂਦੇ ਵੀ ਗੁਜ਼ਾਰਾ ਕਰਨਾ ਕਿੱਦਾਂ ਹੈ ਮੈਨੇਜਮੈਂਟ ਸਕਿੱਲ ਆਉਂਦੀ ਫਿਰ ਬੰਦੇ ਨੂੰ ਚੀਜ਼ਾਂ ਨੂੰ ਵਰਤਣਾ ਕਿੱਦਾਂ ਹਾਂ ਨਹੀਂ ਤਾਂ ਪਤਾ ਹੀ ਨਹੀਂ ਗਾ ਖਾਧਾ ਜਿੱਥੇ ਉੱਥੇ ਰੋੜਤਾ ਉਹਨਾਂ ਨੂੰ ਪਤਾ ਹੀ ਨਹੀਂ ਮਤਲਬ ਚੱਕਣ ਨਾਲ ਕਿਹਨੇ ਆਏ ਜਿਹਨੇ ਧੋਣਾ ਸੁੱਕੀ ਸਬਜ਼ੀ ਵਿੱਚੇ ਛੱਡਤੀ ਤੁਸੀਂ ਲਿਬੜੀ ਕੋਲੀ ਸਬਜ਼ੀ ਦੀ ਵਿੱਚ ਪਾਣੀ ਚ ਹੰਘਾਲ ਕੇ ਰੱਖਦੇ ਬੰਦਾ ਧੋਣ ਵਾਲੇ ਸੁੱਕੀ ਹੋ ਜੇ ਜੇ ਧੋਤੀ ਹੋਵੇ ਤਾਂ ਪਤਾ ਹੋਵੇ ਇਸ ਗੱਲ ਦਾ ਉਹ ਸਕਿੱਲ ਕਿੱਥੋਂ ਆਉਣੀ ਹੈ ਇਹ ਨਿੱਕੇ ਨਿੱਕੇ ਕੰਮਾਂ ਦੇ ਵਿੱਚੋਂ ਮੈਨੇਜਮੈਂਟ ਸਕਿੱਲ ਸਿੱਖ ਕੇ ਬੰਦੇ ਨੇ ਫਿਰ ਕੌਮ ਨੂੰ ਮੈਨੇਜ ਕਰਨ ਵਾਲੇ ਪਾਸੇ ਜਾਣਾ ਸੀਗਾ ਉੱਥੇ ਵੀ ਨਿਕੰਮੇ ਇੱਥੇ ਵੀ ਨਿਕੰਮੇ ਇੱਥੇ ਹੋ ਹੀ ਨਹੀਂ ਸਕਦਾ ਨਾ ਜਿਹੜਾ ਬੰਦਾ ਆਪਣੇ ਆਪ ਨੂੰ ਚਲੋ ਖੈਰ ਆਪਾਂ ਹੁਣ ਇਹਨੂੰ ਜਿੰਨਾ ਕੁ ਹੈਗਾ ਇਹਨੂੰ ਗੱਲਾਂ ਤਾਂ ਪਹਿਲਾਂ ਵੀ ਕਈ ਕਰ ਗਿਆ ਹਾਂ ਕਾਫੀ ਕਰ ਗਿਆ ਗੱਲਾਂ ਇਹ ਕਰ ਮਤਲਬ ਮੈਂ ਜਿਹੜੀ ਵੱਡੀ ਗੱਲ ਲੱਗਦੀ ਸੀ ਨਾ ਉਹ ਇਹ ਹੈ ਵੀ ਹੁਣ ਜਿਨ੍ਹਾਂ ਦੀ ਵੀਡੀਓ ਆ ਰਹੀ ਹੈ ਜਿਹੜੇ ਬਹੁਤ ਪੱਥ ਭੜਤੇ ਚ ਕੱਢ ਰਹੇ ਜਿਹੜੇ ਬੰਦੇ ਇਹ ਇਹਨਾਂ ਬੰਦਿਆਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਉਹ ਠੀਕ ਵੀ ਹੈ ਕਿ ਨਹੀਂ ਠੀਕ ਜਿਹੜੇ ਮੋਗੇ ਵਾਲੇ ਕੋਈ ਕਹਿ ਰਿਹਾ ਕਿਸੇ ਨੇ ਲਿਖਤੀ ਜਾ ਕੇ ਉੱਥੇ ਵੀ ਜਿਹੜੇ ਮੋਗੇ ਵਾਲੇ ਨੇ ਨੰਬਰ ਦਿੱਤੇ ਫੋਨ ਕਰਕੇ ਪੁੱਛ ਤਾਂ ਲਵਾਂ ਉਹਨਾਂ ਨੂੰ ਵੀ ਭਾਈ ਵਾਕਈ ਏਦਾਂ ਗੱਲ ਠੀਕ ਆ ਤੁਹਾਡੇ ਨਾਲ ਕਰਕੇ ਫਿਰ ਇਹਨਾਂ ਬੰਦਿਆਂ ਨੂੰ ਆਪਸ ਚ ਵਿਚਰਦੇ ਆ ਪੱਕੀ ਗੱਲ ਇਹ ਵੀ ਪ੍ਰਚਾਰਕ ਹੈ ਸ਼ਕਲੋਂ ਹੀ ਲੱਗੀ ਜਾਂਦਾ ਇਹ ਪ੍ਰਚਾਰਕ ਗੱਲਾਂ ਸਾਰੀਆਂ ਹੀ ਉਹਨੂੰ ਪ੍ਰਭ ਦੀ ਪਾਲੀਆਂ ਰਿਪੀਟ ਕੀਤੀਆਂ ਤੇ ਕਰੈਕਟਰ ਅਸੈਸੀਨੇਸ਼ਨ ਕੀਤਾ ਉਹ ਹਿਸਟਰੀ ਚ ਕਦੇ ਹੋਇਆ ਨੀ ਮੈਂ ਕਹਿੰਦਾ ਯਾਰ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਐਗਜ਼ਾਮਪਲ ਦਿਓ ਵੀ ਕੀ ਇੱਦਾਂ ਗੱਲਾਂ ਕਹਿਣ ਨਾਲ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਹੋ ਸਕਦਾ ਹੈ ਕੋਈ ਬੰਦਾ ਇੱਦਾਂ ਕਹਿ ਦੇਵੇ ਕੋਈ ਬੰਦਾ ਇਹਨਾਂ ਨੇ ਸਾਡੇ ਬਾਰੇ ਕਿੰਨੀਆਂ ਗੱਲਾਂ ਕਹਿਤੀਆਂ ਸਾਨੂੰ ਗੁਰੂ ਦੇ ਦੁੱਖ ਹੀ ਕਹਿਤਾ ਉਹ ਕਰੈਕਟਰ ਅਸੈਸੀਨੇਸ਼ਨ ਨੀ ਸਾਡਾ ਬਿਲਕੁਲ ਠੀਕ ਹੈ ਨਾ ਉਹਨੂੰ ਆਪਣੀਆਂ ਗੱਲਾਂ ਨੂੰ ਕਹੀ ਜਾਂਦੇ ਆ ਵੀ ਅਸੀਂ ਬਿਲਕੁਲ ਐਨ ਚੰਗੀ ਤਰ੍ਹਾਂ ਜਿਹੜਾ ਸਾਰਾ ਕੁਛ ਐਨ ਛਾਣ ਬੀਣ ਕੇ ਕਹਿੰਦੇ ਹਾਂ ਦੂਜੇ ਦੀਆਂ ਕਈਆਂ ਗੱਲਾਂ ਨੂੰ ਕਹਿੰਦੇ ਅਸੈਸੀਨੇਸ਼ਨ ਕਰ ਦਿੱਤਾ ਸਰੋਤੇ ਆ ਸਾਡੇ ਨਾਲ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਨਵਦੀਪ ਸਿੰਘ ਬੋਲਦਾ ਮੈਲਬਨ ਤੋਂ ਹਾਂਜੀ ਕੀ ਹਾਲ ਚਾਲ ਹੈ ਬਿਲਕੁਲ ਵਧੀਆ ਜੀ ਸੁਰਿੰਦਰ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਭਦੀਪ ਨੇ ਤਾਂ ਕੁੱਤੇ ਖਾਣੀ ਕਰਾ ਲਈ ਆ ਹੁਣ ਇਹਨੇ ਕਰਾਣੀ ਆ ਵੈਸੇ ਹੀ ਬਚਿਆ ਉਹਨੇ ਤਾਂ ਰੱਜ ਕੇ ਕੁੱਤੇ ਖਾਣੀ ਕਰਾ ਲਈ ਆ ਜਿਹੜੇ ਭਾਈ ਸਾਹਿਬ ਨੇ ਇੱਕ ਫੋਨ ਵੀ ਕੀਤਾ ਸੀਗਾ ਭਾਈ ਭਾਈ ਭਾਜੀ ਨੇ ਕੱਲ ਸ਼ੇਅਰ ਕੀਤੀ ਸੀਗੀ ਇੱਕ ਆਡੀਓ ਕਲਿੱਪ ਹਾਂਜੀ ਉਹ ਦੇਖ ਲੋ ਪ੍ਰਭਦੇਵ ਦੀ ਕਿੱਦਾਂ ਉਹਦੇ ਕੋਲ ਆਵਾਜ਼ ਨੀ ਨਿਕਲੀ ਉਹਦੇ ਮੂੰਹ ਚ ਉਹਦਾ ਸਰੀਰ ਕੰਬਦਾ ਹੋਣਾ ਏਦਾਂ ਲੱਗ ਰਿਹਾ ਸੀਗਾ ਉਹਦੀ ਵੀਡੀਓ ਤੋਂ ਜਦ ਉਹਦਾ ਜਵਾਬ ਦੇ ਰਿਹਾ ਸੀ ਨਾ ਕਿਸੇ ਗੱਲ ਤੇ ਉਹਦੀ ਜਵਾਨ ਥਥਲਾ ਰਹੀ ਸੀ ਪ੍ਰਭਦੇਵ ਦੀ ਹਨਾ ਏਦਾਂ ਲੱਗ ਰਿਹਾ ਸੀ ਉਹ ਕੋਈ ਬੋਲਿਆ ਨੀ ਜਾ ਰਿਹਾ ਬਠਿੰਡੇ ਵਾਲੇ ਦੀ ਕਿਰਪਾਲ ਸਿੰਘ ਬਠਿੰਡੇ ਵਾਲੇ ਦੀ ਰਿਕਾਰਡਿੰਗ ਆ ਸ਼ਾਇਦ ਉਹ ਅੱਛਾ ਅੱਛਾ ਜੀ ਚਲ ਜਿਹਨੂੰ ਵੀ ਉਹਨੇ ਭਾਈ ਸਾਹਿਬ ਨੇ ਫੋਨ ਨਹੀਂ ਇੱਕ ਫੋਨ ਨੀ ਭਾਜੀ ਨੇ ਆਡੀਓ ਕਲਿੱਪ ਸ਼ੇਅਰ ਕੀਤੀ ਸੀਗੀ ਕਿਰਪਾਲ ਸਿੰਘ ਬਠਿੰਡੇ ਵਾਲੇ ਦੇ ਨਾਲ ਹੀ ਇੱਕ ਆਡੀਓ ਕਲਿੱਪ ਸ਼ੇਅਰ ਹੋਇਆ ਹੋਇਆ ਮੈਨੂੰ ਲੱਗਦਾ ਤੁਹਾਨੂੰ ਉਸੇ ਦਾ ਭੁਲੇਖਾ ਸ਼ਾਇਦ ਪ੍ਰਭਦੀਪ ਦਾ ਪੈ ਗਿਆ ਹੋਣਾ ਉਹ ਬੰਦੇ ਨੇ ਆਰਟੀਕਲ ਜਿਹੜਾ ਲਿਖਿਆ ਉਹ ਵੀ ਵਿਦਵਾਨ ਹੀ ਇਹਨਾਂ ਦਾ ਹਾਂਜੀ ਹਾਂਜੀ ਜੋ ਵੀ ਸੀਗਾ ਮਤਲਬ ਜਿਹੜੇ ਬੰਦੇ ਨੂੰ ਵੀ ਮੁੱਲਾਪੁਰ ਵਾਲੇ ਭਾਈ ਸਾਹਿਬ ਨੇ ਫੋਨ ਕੀਤਾ ਸੀਗਾ ਨਾ ਜਦ ਉਹਦੇ ਕੋਲ ਜਵਾਬ ਮੰਗ ਰਿਹਾ ਸੀਗਾ ਉਹਦੇ ਕੋਲ ਜਵਾਬ ਨੀ ਸੀ ਭਾਜੀ ਕਿਸੇ ਗੱਲ ਦਾ ਵੀ ਸਿਰਫ ਉਹਨੇ ਇੱਕੋ ਗੱਲ ਉਹਦੇ ਵਿੱਚ ਰਟੀ ਆ ਗੁਰੂ ਨੂੰ ਭੁੱਲਣ ਹਾਰ ਕਹਿੰਦੇ ਨੇ ਗੁਰੂ ਨੂੰ ਭੁੱਲਣ ਹਾਰ ਕਹਿੰਦੇ ਨੇ ਤੁਸੀਂ ਉਹਨਾਂ ਨਾਲ ਮਤਲਬ ਆਪਣੇ ਰਿਸ਼ਤੇ ਰੱਖ ਰਹੇ ਆ ਇਹੀ ਗੱਲ ਉਹਨੇ ਰਿਪੀਟ ਦੁਆਰਾ ਦੁਆਰਾ ਕੀਤੀ ਹੈ ਨਾ ਉਸ ਗੱਲ ਦੇ ਵਿੱਚ ਪਰ ਉਹ ਜਿਹੜੇ ਭਾਈ ਸਾਹਿਬ ਉਹਨਾਂ ਨੂੰ ਜਵਾਬ ਪੁੱਛ ਰਹੇ ਸੀਗੇ ਨਾ ਉਹਨਾਂ ਕੋਲ ਕਿਸੇ ਗੱਲ ਦਾ ਕਿਸੇ ਵੀ ਢੰਗ ਨਾਲ ਉਹਨਾਂ ਨੇ ਜਵਾਬ ਨੀ ਦਿੱਤਾ ਏਦਾਂ ਲੱਗ ਰਿਹਾ ਸੀਗਾ ਉਹਦੀ ਜਵਾਨ ਨਾ ਥਲਾ ਰਹੀ ਆ ਜਿੱਦਾਂ ਨਾ ਅੰਦਰੋਂ ਅੰਦਰ ਕੰਬ ਰਿਹਾ ਇਸ ਤਰੀਕੇ ਨਾਲ ਉਹ ਲੱਗ ਰਿਹਾ ਸੀਗਾ ਨਹੀਂ ਨਹੀਂ ਵੈਸੇ ਵੀ ਥਥਲਾ ਕੇ ਬੋਲਦਾ ਉਹ ਜਮਾਂਦਰੂ ਏਦਾਂ ਇਦਾਂ ਥੋੜਾ ਏਦਾਂ ਨਹੀਂ ਅੱਛਾ ਜੀ ਮੈਨੂੰ ਸ਼ਾਇਦ ਏਦਾਂ ਲੱਗ ਰਿਹਾ ਸੀ ਜਿੱਦਾਂ ਘਬਰਾਇਆ ਹੋਇਆ ਆ ਨਹੀਂ ਨਹੀਂ ਉਹ ਉਦਾਂ ਹੀ ਰਹਿੰਦੇ ਜਿੱਦਾਂ ਘਬਰਾਏ ਨੇਚਰ ਹੀ ਏਦਾਂ ਦਾ ਉਹਦਾ ਕਹਿੰਦਾ ਮੀਆਂ ਰੋਤੇ ਕਿਉਂ ਹੋ ਕਹਿੰਦਾ ਸ਼ਕਲ ਹੀ ਅਸੀਂ ਆ ਭਾਜੀ ਉਦਾਂ ਵੀ ਹੈ ਨਾ ਜਿਸ ਬੰਦੇ ਨੇ ਜਿਸ ਬੰਦੇ ਦੇ ਦਿਲ ਦੇ ਵਿੱਚ ਅੰਦਰ ਚੋਰ ਹੁੰਦਾ ਨਾ ਭਾਜੀ ਕਿਸੇ ਗੱਲ ਦਾ ਵੀ ਈਵਨ ਆਪਾਂ ਕੋਈ ਚੋਰੀ ਕੀਤੀ ਹੋਵੇ ਕਿਸੇ ਨਾਲ ਠੱਗੀ ਕੀਤੀ ਹੋਵੇ ਜਦ ਆਪਾਂ ਕਿਸੇ ਚੰਗੇ ਇਨਸਾਨ ਨੂੰ ਮਿਲਦੇ ਹਾਂ ਇੱਕ ਹਿਊਮਨ ਨੇਚਰ ਆ ਜਦ ਉਹ ਚੰਗੇ ਇਨਸਾਨ ਨੂੰ ਉਹ ਕੋਈ ਸਾਨੂੰ ਸਵਾਲ ਕਰਦਾ ਗਰੁੱਪ ਪੁੱਟ ਨਾ ਜਦੋਂ ਅਸੀਂ ਸਾਡਾ ਜਵਾਬ ਦੇਣਾ ਸਾਡੇ ਕੋਲ ਕਿਸੇ ਗੱਲ ਦਾ ਜਵਾਬ ਨੀ ਹੁੰਦਾ ਨਾ ਫਿਰ ਸਾਡੇ ਆਵਾਜ਼ ਨਿਕਲਦੀ ਨੀ ਮੂੰਹ ਦੇ ਵਿੱਚੋਂ ਅਸੀਂ ਘਬਰਾਏ ਹੁੰਦੇ ਹਾਂ ਝੂਠ ਕਿੰਨਾ ਕੁ ਟਾਈਮ ਚੱਲਦਾ ਨਾ ਭਾਜੀ ਤੁਸੀਂ ਕਰ ਨਹੀਂ ਆਮ ਬੰਦੇ ਨਾਲ ਏਦਾਂ ਹੁੰਦੀ ਹੈ ਦੇਖੋ ਇਹ ਗੱਲ ਵਿਦਵਾਨਾਂ ਨਾਲ ਨੀ ਹੁੰਦੀ ਹੈ ਤਾਂ ਝੂਠ ਬੋਲ ਕੇ ਢੀਠ ਹੋਏ ਹੋਏ ਆ ਇਹ ਤਾਂ ਇਹ ਮਹਾ ਨਹੀਂ 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 ਭਾਈ ਉਹ ਤਾਂ ਗੱਲ ਹੈਗੀ ਆ ਪਰ ਫਿਰ ਵੀ ਜੇ ਝੂਠ ਵੀ ਬੋਲਿਆ ਜਾਣਾ ਹੋਵੇ ਨਾ ਬਹੁਤ ਹਾਈ ਕੋਨਫੀਡੈਂਸ ਲੈਵਲ ਚਾਹੀਦਾ ਇਹਨਾਂ ਦਾ ਤਾਂ ਕਿਸੇ ਪੱਖੋਂ ਵੀ ਇਹ ਕਾਮਯਾਬ ਨੀ ਹੈਗੇ ਬੰਦੇ ਨਾ ਇਹਨਾਂ ਕੋਲ ਨਾ ਤਾਂ ਝੂਠ ਵੀ ਨੀ ਚੱਜ ਨਾਲ ਬੋਲਿਆ ਜਾਂਦਾ ਝੂਠ ਬੋਲਣ ਚ ਵੀ ਫੜੇ ਜਾਂਦੇ ਨੇ ਕਿਉਂਕਿ ਜਿਹੜੇ 10 ਮਿੰਟ ਪਹਿਲਾਂ ਗੱਲ ਕੀਤੀ ਹੁੰਦੀ ਆ ਦੁਬਾਰਾ ਉਹਦਾ ਜਿਹੜਾ ਐਂਗਲ ਗੱਲ ਕਰਨ ਦਾ ਉਹ ਡਿਫਰੈਂਟ ਹੋ ਜਾਂਦਾ ਇਹਨਾਂ ਦਾ ਇਹਨਾਂ ਨੂੰ ਪਤਾ ਨੀ ਹੁੰਦਾ 10 ਮਿੰਟ ਪਹਿਲਾਂ ਕਿਹੜੀ ਗੱਲ ਕਰਕੇ ਹਟਿਆ ਜਿਹੜੀ ਭਾਈ ਸਾਹਿਬ ਦੀ ਹੁਣ ਤੁਸੀਂ ਵੀਡੀਓ ਲਾਈ ਸੀਗੀ ਆ ਬ੍ਰੇਕ ਦੇ ਵਿੱਚ
ਇੱਕ ਪਾਸੇ ਤਾਂ ਇਹ ਕਹਿ ਰਿਹਾ ਕਿ ਉਹ ਸਾਧ ਲਾਣਾ ਆ ਜਿਹੜਾ ਆਪਣੇ ਭਾਈ ਸਾਹਿਬ ਨੂੰ ਰਣਜੀਤ ਹੁਣ ਢੰਡਰੇ ਵਾਲਿਆਂ ਨੂੰ ਇਹ ਕਰ ਰਿਹਾ ਕਿ ਸਾਧ ਲਾਣਾ, ਦੂਜੇ ਪਾਸੇ ਇਹ ਕਰ ਰਿਹਾ ਕਿ ਉਹ ਸਾਡੇ ਨਾਲ ਉਹਨਾਂ ਨੇ ਵਿਚਾਰ ਨੀ ਕੀਤੀ, ਮੋਗੇ ਵਾਲਿਆਂ ਨਾਲ ਉਹਨਾਂ ਨੇ ਸਾਂਝ ਨੀ ਰੱਖੀ, ਮਤਲਬ ਇੱਕ ਪਾਸੇ ਉਹਨਾਂ ਨੂੰ ਸਾਧ ਕਹੀ ਜਾ ਰਿਹਾ ਬੰਦਾ, ਦੂਜੇ ਪਾਸੇ ਉਹਨਾਂ ਨਾਲ ਉਹ ਸਮਝੌਤਾ ਵੀ ਕਰਨਾ ਚਾਹੁੰਦੇ ਨੇ, ਮਤਲਬ ਬਹੁਤ ਹੀ ਕਨਫਿਊਜ਼ਨ ਵੀਡੀਓ ਸੀਗੀ ਹੈ ਜੋ ਵੀ ਕੁਛ ਸੀਗਾ ਨਾ। ਨਹੀਂ ਕੋਈ ਨੀ ਲੱਭਦੇ ਆ, ਬਾਕੀ ਭਾਈ ਸਾਹਿਬ ਇੱਕ ਕਰੈਕਟਰ ਬਾਰੇ ਗੱਲ ਕਰ ਰਹੇ ਸੀਗੇ ਕਿ ਹਰਨੇਕ ਭਾਜੀ ਹੁਣੀ ਕਰੈਕਟਰ ਦੇ ਉੱਤੇ ਸਾਡੇ ਕਰੈਕਟਰ ਨੂੰ ਖਰਾਬ ਕਰ ਰਹੇ ਆ, ਮਤਲਬ ਜਿੱਦਾਂ ਕਿ ਪ੍ਰਚਾਰਕਾਂ ਦੇ ਕਰੈਕਟਰ ਨੂੰ, ਏਦਾਂ ਕਿੱਦਾਂ ਹੋ ਜੂਗਾ ਭਾਜੀ? ਕਿ ਜੇ ਕੋਈ ਬੰਦਾ ਇਮਾਨਦਾਰ ਆ ਭਾਜੀ, ਕੋਈ ਜਿੰਨਾ ਮਰਜ਼ੀ ਬੰਦਾ ਰੇਡੀਓ ਤੇ ਛੱਡ ਕੇ ਟੀਵੀ ਦੇ ਉੱਤੇ ਬੋਲਿਆ ਜਾਵੇ, ਜੇ ਕੋਈ ਬੰਦਾ ਇਮਾਨਦਾਰ ਆ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਇਮਾਨਦਾਰੀ ਕੀਤੀ ਹੈ, ਚੰਗੇ ਕੰਮ ਕੀਤੇ ਆ, ਕੋਈ ਬੰਦਾ ਕੋਈ ਵੀ ਬੋਲੀ ਜਾਵੇ, ਏਦਾਂ ਕੋਈ ਕਿਸੇ ਦੀ ਗੱਲ ਤੇ ਕਿੱਦਾਂ ਯਕੀਨ ਕਰ ਲਊਗਾ ਨਾ? ਇਹਨਾਂ ਦੇ ਵਿੱਚ ਕਮੀਆਂ ਆ, ਇਹਨਾਂ ਦਾ ਜਿਹੜਾ ਪਿਛਲੇ 20 ਸਾਲਾਂ ਦਾ 15 ਸਾਲਾਂ ਦਾ ਇਹਨਾਂ ਦਾ ਜੋ ਲੋਕਾਂ ਦੇ ਵਿੱਚ ਜਿੱਦਾਂ ਵਿਚਰੇ ਇਹ ਦਿਸ ਰਿਹਾ ਆ, ਤਾਂ ਕਰਕੇ ਏਦਾਂ ਦੀਆਂ ਲੋਕਾਂ ਗੱਲਾਂ ਤੇ ਯਕੀਨ ਕਰ ਰਹੇ ਨੇ, ਹਨਾ? ਇਹਨਾਂ ਨੇ ਕੋਈ ਢੇਰੀਆਂ ਇਕੱਠੀਆਂ ਕੀਤੀਆਂ, ਇਹਨਾਂ ਨੇ ਕੋਈ ਕੌਮ ਨੂੰ ਅੱਜ ਤੱਕ ਕੋਈ ਕੌਮ ਨੂੰ ਕੋਈ ਲਕਸ਼ਯ ਥੋੜਾ ਦਿੱਤਾ ਆ, ਜਾਂ ਕੌਮ ਨੂੰ ਕੋਈ ਇਹ ਬਚਾ ਇਹ ਥੋੜਾ ਦੱਸਿਆ ਕਿ ਆਪਾਂ ਇਹ ਰਾਹ ਤੇ ਚੱਲ ਕੇ ਸਾਨੂੰ ਆਹ ਰਾਹ ਪ੍ਰਾਪਤ ਹੋ ਸਕਦਾ ਆ? ਇਹਨਾਂ ਨੇ ਨਾ ਕੋਈ ਸੰਸਥਾ ਖੜੀ ਕੀਤੀ ਆ, ਜਿੰਨਾ ਪੈਸਾ ਇਹਨਾਂ ਨੇ ਜੋੜਿਆ ਆਪਣੇ ਲਈ ਜੋੜਿਆ ਨਾ, ਇਸ ਤੇ ਕੌਮ ਦਾ ਤਾਂ ਕੋਈ ਇਹਨਾਂ ਨੇ ਕੋਈ ਵੀ ਵਿਕਾਸ ਨੀ ਹੋਇਆ ਉਹਦੇ ਵਿੱਚ। ਕਰਦੇ ਆ ਆਪਾਂ ਸਾਰੀ ਗੱਲਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ, ਆਪਣੇ ਕੋਲ ਕਈ ਆਡੀਓ ਇਹੋ ਜਿਹੀਆਂ ਤਾਂ ਕਈਆਂ ਨੇ ਕਰਨੀਆਂ ਗੱਲਾਂ, ਆਪਾਂ ਸਾਰਿਆਂ ਦੇ ਦਿੰਦੇ ਜਵਾਬ ਹੌਲੀ ਹੌਲੀ। ਠੀਕ ਹੈ ਭਾਜੀ, ਠੀਕ ਹੈ ਓਕੇ ਜੀ ਧੰਨਵਾਦ। ਜਿਹੜੀ ਨਾ ਇਹ ਕਰਦਾ ਸੀ ਹਰੀਕੇ ਜਿਹੜੀ ਗੱਲ ਹੈ, ਇਹਦੇ ਵਿੱਚ ਹੁਣ ਦੇਖੋ ਇਹ ਬੰਦਾ ਹੁਣ ਇਹਨਾਂ ਬੰਦਿਆਂ ਨੂੰ ਜਾਂ ਤਾਂ ਕਲੀਅਰ ਕੱਟ ਕਹਿਣ ਇਹ ਵੀ ਭਾਈ ਮੈਂ ਤਾਂ ਕਦੇ ਭਰੋਸਾ ਨੀ ਕੀਤਾ ਇਸ ਬੰਦੇ ਤੇ, ਭਾਈ ਰਣਜੀਤ ਸਿੰਘ ਤੇ, ਉੱਦਾਂ ਹੀ ਕਹੀ ਗਏ ਇਹ ਬੰਦੇ, ਮੈਂ ਨੀ ਮੰਨਦਾ ਸੀਗਾ। ਹੁਣ ਇੱਕ ਪਾਸੇ ਇਦਾਂ ਕਰ ਜੀਣ ਵਾਲੇ ਹੁਣੀ ਇਹ ਗੱਲ ਕਹਿੰਦੇ ਆ ਜੀ, ਠੀਕ ਆ, ਗੱਲ ਦਿਨੋ ਦਿਨ ਕਲੀਅਰ ਹੋਈ ਜਾ ਰਹੀ ਆ, ਫੇਰ ਉਹ ਕਹਿ ਰਹੇ ਆ ਵੀ ਅਸੀਂ ਸਾਡਾ ਪੱਕਾ ਮੰਨਣਾ ਆ ਵੀ ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਏਜੰਸੀਆਂ ਨੇ ਬਿਠਾਇਆ ਹੋਇਆ ਆ, ਸਰਕਾਰ ਦੀ ਖੇਡ ਆ ਇਹ, ਠੀਕ ਆ, ਤੇ ਆਪਣੇ ਆਪ ਨੂੰ ਉਹ ਇਦਾਂ ਕਹਿੰਦੇ ਆ ਵੀ ਪੰਥਪ੍ਰੀਤ ਤੇ ਧੁੰਦਾ। ਹੁਣ ਇਹਨਾਂ ਨੂੰ ਪੁੱਛੇ ਵੀ ਜਿਨ੍ਹਾਂ ਦਿਨਾਂ ਚ ਪੰਥਪ੍ਰੀਤ ਬੋਲਦਾ ਰਿਹਾ, ਜਦੋਂ ਮਿਸ਼ਰੀ ਕਾਲਜ ਖੁੱਲਾ, ਜਦੋਂ ਟਕਸਾਲੀ ਕਹਿੰਦੇ ਆ, 95-96 ਚ ਖੜਕੂਬਾਦ ਦਾ ਦੌਰ ਸੀਗਾ, ਉਹਨਾਂ ਦਿਨਾਂ ਚ ਇਹ ਮਿਸ਼ਰੀ ਕਾਲਜ ਖੁੱਲਾ, ਉਹ ਕਹਿੰਦੇ ਵੀ ਸਰਕਾਰ ਨੇ ਖੋਲਿਆ, ਉਦੋਂ ਕਹਿੰਦੇ ਵੀ ਨਾ 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 ਨਾ। ਹੁਣ ਪੰਥਪ੍ਰੀਤ ਨੂੰ ਇੱਕ ਹਿੰਦੂ ਬ੍ਰਾਹਮਣ ਆ ਕੇ ਇੱਦਾਂ ਦੇ ਕੱਪੜੇ ਪਾ ਕੇ, ਜਿੱਥੇ ਬੜੀ ਸੋਹਣੀ ਕੌਮ ਜੀਂਦੀ ਆ, ਉਹ ਵਿੱਚ ਆ ਕੇ ਕੰਟਰੋਵਰਸ਼ਲ ਗੱਲਾਂ ਕਰਨ ਲੱਗ ਪਿਆ, ਅਗਲੇ ਕਹਿੰਦੇ ਏਜੰਸੀਆਂ ਨੇ ਬਿਠਾ ਲਿਆ, ਉਹ ਕਹਿੰਦੇ ਨਹੀਂ 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 ਇੱਦਾਂ ਨਹੀਂ, ਇਹ ਇਮਾਨਦਾਰ ਆ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਹਿੰਦੇ ਵੀ ਬੰਦਾ 10 ਮਿੰਟਾਂ ਦੀ ਗੱਲ ਕਰਦਾ ਸੀ, ਜਥੇਦਾਰਾਂ ਕੋਲ ਰਿਹਾ, ਬਰਨਾਲੇ ਹੁਣ ਉਹਦਾ ਚਮਚਾ ਰਿਹਾ, ਇੱਕ ਵੀ ਗੱਲ ਉਹਦੇ ਬਾਰੇ ਬੋਲਿਆ ਨੀ ਵੀ ਮੇਰੀ ਗਲਤੀ ਆ, ਵੀ ਇਹ ਹੁਣ ਜੋ ਗੱਲਾਂ ਕਰਦਾ ਏਜੰਸੀਆਂ ਦੇ ਕਹੇ ਤੇ ਕਰਦਾ, ਇਹ ਕਹਿੰਦੇ ਨਾ 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 ਇੱਦਾਂ ਨੀ, ਇਹ ਤਾਂ ਇਮਾਨਦਾਰ ਆ। ਹਨਾ ਹੁਣ ਪ੍ਰਭਦੀਪ ਹੁਣੀ ਤਰਮਾਲੇ ਵਾਲੇ ਕੋਲ ਜਾਂਦੇ ਜਾਂਦੇ ਇੱਥੇ ਆ ਕੇ ਬੁੜਕ ਬੁੜਕ ਗੱਲਾਂ ਲੱਪਿਆ ਕਰਨ, ਹਨਾ, ਅਗਲੇ ਕਹਿੰਦੇ ਏਜੰਸੀਆਂ ਦੇ ਬੰਦੇ ਆ, ਇਹ ਕਹਿੰਦੇ ਨਹੀਂ ਨਹੀਂ ਇੱਦਾਂ ਨੀ, ਵੀ ਉਹ ਹੁਣ ਢੱਡੀਆਂ ਵਾਲੇ ਦੇ ਉੱਤੇ ਕਿੱਦਾਂ ਲਾਤਾ ਇਹ? ਜੀ ਨਾਲ ਇਹਨਾਂ ਨੂੰ ਕਿਹੜਾ ਕਦੇ ਕਿਹਾ ਨੀ ਗਾ, ਜੀ ਨਾਲੇ ਦੀ ਜਦੋਂ ਇਹ ਕਰਦਾ ਕਰਦਾ ਕਥਾ ਤੇ ਐਨਕ ਕੱਢਣ ਲੱਗਾ ਤੇ ਪੈਰ ਦੇ ਥੱਲੇ ਗੁਟਕਾ ਰੱਖ ਲਿਆ, ਜਦੋਂ ਇਹਨੇ ਕਿੰਨਾ ਰੋਲਾ ਪਿਆ, ਉਹ ਵੀਡੀਓ ਬਣ ਗਈ ਸੀ ਉਹਦੀ। ਹੁਣ ਇਹ ਕਹਿੰਦੇ ਗੁਟਕਾ ਨੀ ਸੀਗਾ ਉਹ, ਵੀ ਉਹ ਮੇਰੇ ਕਿਤਾਬ ਚਾ ਸੀ ਕੋਈ, ਤੇ ਉਹ ਕਹਿੰਦੇ ਵੀ ਇਹ ਕਥਾ ਕਰਨ ਲੱਗਿਆ ਸੀ ਗੁਟਕੇ ਚ ਦੇਖ ਕੇ, ਤੇ ਹੁਣ ਐਨਕਾਂ ਕੱਢਣ ਲੱਗਿਆ, ਤੁਸੀਂ ਦੇਖੀ ਵੀਡੀਓ, ਐਨਕਾਂ ਕੱਢਣ ਲੱਗਿਆ ਜੇ ਉਹ ਡੱਬੀ ਦੇ ਵਿੱਚ ਐਨਕਾਂ ਖੋਲਣ, ਦੋ ਹੱਥ ਚਾਹੀਦੇ ਡੱਬੀ ਖੋਲਣ ਵਾਸਤੇ, ਇੱਕ ਹੱਥ ਚ ਗੁਟਕਾ ਸੀ, ਇੱਕ ਜੁਗਾੜ ਸੀਗਾ, ਉਹਨੂੰ ਪੈਰ ਥੱਲੇ ਨੱਪ ਲਿਆ ਇਦਾਂ ਕਰਕੇ ਜਾਵੇ, ਉਹਨੂੰ ਪੈਰ ਥੱਲੇ ਨੱਪ ਲਿਆ। ਹੁਣ ਇਹਨਾਂ ਨੂੰ ਕਿਹੜਾ ਐਕਸਪੀਰੀਅੰਸ ਇਸ ਚੀਜ਼ਾਂ ਦਾ, ਸਟੇਜ ਤੇ ਬੈਠੇ ਨੇ ਤੇ ਮੁੜ ਐਨਕਾਂ ਖੋਲ ਕੇ ਦੱਬੀ ਚ ਐਨਕਾਂ ਲਾ ਲਈਆਂ, ਮੁੜ ਕੇ ਪੈਰ ਥੱਲੋਂ ਚੱਕ ਕੇ ਤੇ ਲੱਗ ਪਿਆ ਕਰ। ਉਦਾਂ ਵੀ ਨਾ ਇਹ ਬੰਦੇ ਜੱਬਲ ਬਹੁਤ, ਇਮਾਨਦਾਰ ਤਾਂ ਹੈਗੇ ਕੋਈ ਸ਼ੱਕ ਨੀ, ਮਿਹਨਤੀ ਵੀ ਹੈਗੇ ਆ, ਹਨਾ, ਪਰ ਉਹਦੇ ਲਈ ਨਾ ਥੋੜਾ ਜਿਹਾ ਸਲੀਕਾ ਇੰਨਾ ਥੋੜਾ ਜਿਹਾ ਬੰਦਾ ਜਾਣੀ ਉਸ ਵਜ੍ਹਾ ਦਾ ਚਾਹੀਦਾ, ਹਨਾ। ਹੁਣ ਜਿਹੜਾ ਬੰਦਾ ਗੱਡੇ ਦੇ ਪਹੀਏ ਫਿੱਟ ਕਰਨੇ ਵਾਲਾ ਆ, ਉਹ ਜੇ ਬੰਦਾ ਇੱਦਾਂ ਨਿਆਣੇ ਦੇ ਖਿਡੌਣੇ ਜੋੜਨ ਲੱਗ ਪਵੇ, ਘੜੀਆਂ ਬਣਾਉਣ ਲੱਗ ਪਵੇ, ਇੱਦਾਂ ਥੋੜਾ ਹੋਊਗਾ, ਬੰਦਾ ਕਹੇ ਵੀ ਮਿਹਨਤੀ ਬਹੁਤ ਆ ਜੀ ਇੱਦਾਂ। ਹੁਣ ਉੱਥੇ ਤਾਂ ਪਹੀਏ ਦੇ ਵਿੱਚ ਤਾਂ ਇੱਦਾਂ ਹੁੰਦੀ ਵੀ ਜਾਣੀ ਵੱਡੇ ਵੱਡੇ ਕਿੱਲੇ ਠੋਕੇ ਹੁੰਦੇ ਆ, ਵੀ 2 ਇੰਚ ਇੱਧਰ। ਹੁਣ ਤੁਸੀਂ ਦੇਖੋ ਨਾ ਗੱਡੇ ਦਾ ਪਹੀਆ ਪਿੱਛੋਂ ਖੜ ਕੇ ਦੇਖਿਓ, ਜਿੱਦਾਂ ਉਹ ਇੱਦਾਂ ਘੁੰਮ, ਅਲਾਈਨਮੈਂਟ ਥੋੜਾ ਉਹਦੀ, ਕੋਈ ਬੈਲੈਂਸਿੰਗ ਥੋੜਾ ਹੋਈ ਹੁੰਦੀ, ਇੱਦਾਂ ਤਾਂ ਘੁੰਮਦਾ ਜਾਂਦਾ ਹੁੰਦਾ, ਹਨਾ, ਤੇ ਉਹ ਜੇ ਇੱਦਾਂ ਹੁਣ ਮੈਨੂੰ ਲੱਗਦਾ ਪਿਆ ਅੱਧਾ ਕੁ ਫੁੱਟ ਇੱਧਰ ਉੱਧਰ ਨੂੰ ਘੁੰਮਦਾ ਹੀ ਜਾਂਦਾ ਹੁਣ, ਹਨਾ। ਹੁਣ ਜਿਹੜੇ ਘੜੀ ਦੀਆਂ ਸੂਈਆਂ, ਘੜੀ ਦੇ ਪੁਰਜੇ ਆ, ਉਹ ਤਾਂ ਉਹਦੇ ਚ ਤਾਂ ਜਾਣੀ ਬਾਲ ਜਿੰਨਾ ਵੀ ਫਰਕ ਨਹੀਂ ਪੈ ਸਕਦਾ, ਉਹ ਤਾਂ ਬਰੀਕ ਕੰਮ ਆ। ਈਵਨ ਕਾਰ ਦੇ ਵੀ ਟਾਇਰ ਆ, ਹਨਾ, ਉਹਦੇ ਵਿੱਚ ਇੰਨਾ ਸੈਂਟੀਮੀਟਰ ਦਾ, ਮਿਲੀਮੀਟਰ ਦਾ ਵੀ ਫਰਕ ਨਹੀਂ ਪੈ ਸਕਦਾ, ਅਗਲੇ ਨੂੰ ਕੰਪਿਊਟਰ ਨਾਲ ਕਰਨੀ ਪੈਂਦੀ ਆ। ਹੁਣ ਉਹ ਬੰਦਾ ਥੋੜਾ ਕਰ ਸਕਦਾ? ਹੁਣ ਇਹ ਬੰਦੇ ਤਾਂ ਇੱਦਾਂ ਆ ਵੀ ਇੱਦਾਂ ਡਾਈਆਂ ਡੋਈਆਂ ਦੇਣ ਨੂੰ, ਪਤੀਲੇ ਪਤੂਲੇ, ਜਿੱਦਾਂ ਹੁਣ ਲੰਗਰ ਬਣਦਾ ਹੁੰਦਾ, ਜਿਹੜਾ ਰਸ ਦਾ ਕੜਾਹਾ ਹੁੰਦਾ, ਹਨਾ, ਉਹ ਚੱਕਣੇ ਹੋਣੇ ਤਾਂ
ਉਹਦਾ ਇਹਨਾਂ ਨੂੰ ਪੂਰਾ ਪਤਾ ਹੁੰਦਾ ਕਿੰਨੀ ਤਾਕਤ ਨਾ ਇਹ ਹੈ ਸ਼ਾ ਟੰਗਣ ਬੰਨਣਾ ਹੋਵੇ ਇਹ ਤਾਂ ਮੱਝਾਂ ਦਾ ਗੋਹਾ ਗੋਠਾਉਣ ਨੂੰ ਹੁਣ ਰੱਖਿਓ ਫਿਰ ਮੱਝ ਮਿਲਦੀ ਨਾ ਹੋਵੇ ਫਿਰ ਲੱਤ ਫੜੀਆਂ ਦਾ ਸਟ੍ਰੈਟਜੀ ਇਮਾਨਦਾਰ ਤਾਂ ਹੈਗੇ ਆ ਕੋਈ ਸ਼ੱਕ ਨੀ ਸੇਵਾ ਹੋਰ ਕਿਤੇ ਕਰ ਸਕਦੇ ਆ ਬਹਿ ਗਿਆ ਇੱਥੇ ਆ ਕੇ ਹੁਣ ਇਹ ਬੰਦੇ ਡਿਸਾਈਡ ਕਰਦੇ ਆ ਇੱਦਾਂ ਉਦਾਂ ਦਾ ਦਿਮਾਗ ਆ ਇਹ ਬੰਦੇ ਹੁਣ ਇੱਦਾਂ ਲੱਗੇ ਹੋ ਲੱਭਣ ਇੱਦਾਂ ਹੁਣ ਭਾਈ ਅੱਗੇ ਤਾਂ ਗਲਾਂ ਗੂਆਂ ਕੱਢ ਕੇ ਸਰਦਾ ਸੀ ਇੱਦਾਂ ਹੁਣ ਗਾਹਾਂ ਥੋੜੇ ਜਿਹੇ ਜਾਣੀ ਬਰੀਕ ਚਲੋ ਸਾਡੇ ਨਾਲ ਇੱਕ ਸਰੋਤੇ ਆ ਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡੀ ਆਵਾਜ਼ ਘੱਟ ਆ ਰਹੀ ਹਾਂਜੀ ਕਰੋ ਉਹ ਬੰਦੇ ਬੋਲਦੇ ਨੀ ਤੇ ਇਹ ਬਾਈ ਜੀ ਨੂੰ ਬਹੁਤ ਦੁੱਖ ਲੱਗਦਾ ਇਹ ਕੀ ਚੱਕਰ ਆ ਮਤਲਬ ਅਸਰ ਉਧਰ ਹੋਈ ਜਾਂਦਾ ਮਤਲਬ ਕਹਿੰਦੇ ਆ ਇਹ ਬੰਦੇ ਪ੍ਰਵਾਨ ਚੜਨਾ ਚਾਹੁੰਦੇ ਆ ਇਹ ਉਹ ਬੰਦੇ ਆ ਜਿਨ੍ਹਾਂ ਦੀ ਥਾਂ ਹੈ ਨੀ ਕਿਤੇ ਵੀ ਇਹ ਚਾਹੁੰਦੇ ਆ ਵੀ ਚਾਪਲੂਸੀ ਕਰਕੇ ਜਿਹੜਾ ਗਦਾਰ ਆ ਨਾ ਉਹਨੂੰ ਕਹਿੰਦੇ ਲੱਭਿਆ ਨੀ ਜਾਂਦਾ ਹੁੰਦਾ ਗਦਾਰ ਗਦਾਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੁੰਦਾ ਇਹ ਬੰਦੇ ਸੇਵਕ ਆ ਸਾਰੀ ਜ਼ਿੰਦਗੀ ਗੁਲਾਮ ਰਹਿੰਦੇ ਹੁੰਦੇ ਆ ਇਹ ਚਾਪਲੂਸੀ ਕਰਨ ਜੋਗੇ ਹੁੰਦੇ ਆ ਇਸੇ ਕਰਕੇ ਜਿਹੜਾ ਚਾਪਲੂਸ ਆ ਨਾ ਉਹ ਕਦੇ ਵੀ ਤੱਥਾਂ ਤੇ ਆਧਾਰਿਤ ਨੀ ਗੱਲ ਕਰ ਸਕਦਾ ਹੁੰਦਾ ਜਿਹਦੇ ਕੋਲੋਂ ਮਤਲਬ ਲੈਣਾ ਜਿਹਦੇ ਕੋਲੋਂ ਸਵਾਰਥ ਲੈਣਾ ਆ ਉਹਨੂੰ ਉਹਦੇ ਹੱਕ ਚ ਬੋਲਣਾ ਜੋ ਮਰਜ਼ੀ ਹੋ ਜਾਵੇ ਕੋਈ ਫਰਕ ਨੀ ਸਿਰਫ ਸ਼ਬਦਾਂ ਦਾ ਫਰਕ ਆ ਇਹ ਗੱਲ ਨਾ ਜਾਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਹੁਤ ਸਾਰੇ ਦੀਵਾਨਾਂ ਦੇ ਵਿਚ ਬੜੀ ਕਲੀਅਰ ਕੀਤੀ ਆ ਭਈ ਜਿਹੜਾ ਉਧਰ ਕੀ ਹੋ ਰਿਹਾ ਤੇ ਇਧਰ ਕੀ ਹੋ ਰਿਹਾ ਤੇ ਉਹ ਗੱਲ ਅੱਗੇ ਜਾ ਕੇ ਤੁਸੀਂ ਸਾਲ ਕ ਠਹਿਰੋ ਹੁਣ ਮੋਹਰੇ ਜਿਹੜੇ ਵਿਸ਼ੇ ਆਉਣੇ ਆ ਉਹ ਇਦਾਂ ਦੇ ਡਿਸਕਸ ਹੋਣੇ ਆ ਕਿਉਂਕਿ ਹੁਣ ਜਿੱਧਰ ਨੂੰ ਗੱਲ ਜਾ ਰਹੀ ਆ ਨਾ ਗੱਲ ਉਹ ਇਹਨਾਂ ਗੱਲਾਂ ਤੋਂ ਉੱਪਰ ਚੱਲ ਗਈ ਹੁਣ ਗੱਲ ਇੱਥੇ ਜਾ ਕੇ ਇਹ ਕੰਸਿਡਰ ਕਰੂਗੀ ਹੁਣ ਵੀ ਫਰਕ ਕੀ ਪਿਆ ਸਾਧ ਮੋਹਰਿਓ ਉੱਠ ਕੇ ਗਿਆਨਵਾਨ ਬਣਨ ਦਾ ਜਿਹਨੂੰ ਪ੍ਰਭਦੀਪ ਕਹਿੰਦਾ ਵੀ ਜਾਗਰੂਕਾਂ ਦਾ ਅੰਡਾ ਆ ਇੱਕ ਬੰਦਾ ਸਾਧ ਮੋਹਰੇ ਬੈਠਾ ਇੱਕ ਬੰਦਾ ਜਾਗਰੂਕ ਬਣ ਗਿਆ ਫਰਕ ਕੀ ਪਿਆ ਤੇ ਅਸਲ ਚ ਹੋਣਾ ਕੀ ਚਾਹੀਦਾ ਇਮੋਸ਼ਨਲੀ ਇੰਟੈਲੀਜੈਂਟ ਹੋਣਾ ਜਿਹੜਾ ਤੁਹਾਡਾ ਨਾ ਉਹ ਧਾਰਮਿਕ ਹੋਣ ਨੂੰ ਜਸਟੀਫਾਈ ਉਦਣ ਕਰ ਸਕੋਗੇ ਤੁਸੀਂ ਜਿੱਦਣ ਇਮੋਸ਼ਨਲੀ ਇੰਟੈਲੀਜੈਂਟ ਹੋ ਗਿਆ ਤੁਸੀਂ ਮੈਨੂੰ ਤੁਸੀਂ ਕੁਛ ਕਹਿੰਦੇ ਆ ਮੇਰਾ ਸਟੇਟ ਫਰਜ਼ ਬਣਦਾ ਵੀ ਭਾਜੀ ਕੀ ਪ੍ਰੋਬਲਮ ਆ ਜਾਂ ਹਨਾ ਗੱਲ ਆਪਾਂ ਜਾਂ ਸਰੋਤਿਆਂ ਨੂੰ ਮੈਂ ਦੱਸਣੀ ਆ ਵੀ ਹਾਂ ਮੈਂ ਕਿੱਥੇ ਗਲਤ ਆ ਜਾਂ ਕਿੱਦਾਂ ਵੀ ਹੈ ਨਾ ਫਿਗਰ ਆਊਟ ਆਪਾਂ ਕਰੀਏ ਨਾ ਕਿ ਤੀਜਾ ਬੰਦਾ ਕਵੇ ਵੀ ਤੁਸੀਂ ਕਿਉਂ ਕਹਿੰਦੇ ਆ ਭਾਜੀ ਕਿਸੇ ਤੀਜੇ ਨੂੰ ਤਾਂ ਰਾਈਟ ਆ ਨੀ ਕਹਿਣ ਦਾ ਕੋਈ ਤੁਸੀਂ ਕਹਿੰਦੇ ਉਹਨਾਂ ਨੂੰ ਨਹੀਂ ਜੀ ਇਹ ਬਹੁਤਾ ਚਿਰ ਤੁਹਾਡੀ ਗੱਲ ਜਿਹੜਾ ਤੁਹਾਡਾ ਸਵਾਲ ਆ ਨਾ ਉਹ ਆਮ ਜੈਨੂਨ ਸਾਡਾ ਵੀ ਇਹੀ ਸਵਾਲ ਪਰ ਗੱਲ ਇਹ ਆ ਵੀ ਇਹ ਗੱਲ ਸਾਨੂੰ ਕਹਿਣੀ ਨੀ ਪੈਣੀ ਅਸੀਂ ਹਾਲਾਤ ਇੱਦਾਂ ਦੇ ਪੈਦਾ ਕਰਨੇ ਇਹ ਸਾਡੀ ਜ਼ਿੰਮੇਵਾਰੀ ਆ ਹੁਣ ਜਿਹੜੇ ਬੰਦਿਆਂ ਨੂੰ ਅਸੀਂ ਕਹਿ ਰਹੇ ਨਾ ਉਹਨਾਂ ਦੇ ਦੁਆਲੇ ਹਾਲਾਤ ਇੱਦਾਂ ਦੇ ਪੈਦਾ ਕਰੀਏ ਵੀ ਉਹਨਾਂ ਨੂੰ ਕਹਿਣਾ ਪਵੇ ਕੋਈ ਨੀ ਕੋਈ ਨੀ ਆਪਾਂ ਪਹੁੰਚਦੇ ਆ ਉੱਥੇ ਪਹੁੰਚਦੇ ਆ ਕੋਈ ਨੀ ਹਨਾ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਆਪਾਂ ਇਹਨੂੰ ਕੀ ਕਹਿੰਦਾ ਸੀ ਇਹ ਨਵਜੋਤ ਬਹੁਤ ਕਹਿੰਦਾ ਸੀਗਾ ਕਹਿਣ ਨੀ ਦਿੰਦਾ ਭੁੱਲ ਗਿਆ ਨਹੀਂ ਨਹੀਂ ਮੈਂ ਤਾਂ ਗੱਲ ਕਰਦਾ ਸੀਗਾ ਵੀ ਸ਼ੁਰੂ ਚ ਕਹਿੰਦਾ ਵੀ ਬੜਾ ਵਧੀਆ ਲੱਗਿਆ ਵੀ ਆ ਗਏ ਕਰਕੇ ਮੈਂ ਜਿਹੜੀ ਜਿਸ ਗੱਲ ਤੇ ਮੇਰਾ ਜਿਹੜਾ ਮੈਂ ਜ਼ੋਰ ਦੇ ਕੇ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਵੀ ਸਾਡਾ ਧੰਨਵਾਦੀ ਹੋਣਾ ਚਾਹੀਦਾ ਭਾਈ ਰਣਜੀਤ ਸਿੰਘ ਨੇ ਇਸ ਗੱਲੋਂ ਵੀ ਨਹੀਂ ਤਾਂ ਆਹ ਬੰਦੇ ਜਿਹੜੇ ਬੰਦੇ ਹੁਣ ਇਹ ਆਪਣੀ ਵੀਡੀਓ ਸ਼ੁਰੂ ਕਰਨ ਲੱਗੇ ਨੇ ਕਿਹਾ ਦੇ ਦਿਓ ਆ ਸੁਨੇਹਾ ਦੇ ਦਿਓ ਜੀ ਬਲਜਿੰਦਰ ਇਹਦਾ ਕਰੋ ਧੰਨਵਾਦ ਇਹ ਵੀ ਧੰਨਵਾਦ ਭਾਲਦਾ ਆ ਭਾਈ ਮੈਂ ਨੀ ਕਿਹਾ ਬਲਜਿੰਦਰ ਕਹਿੰਦਾ ਇਹ ਕਹਿੰਦੇ ਉਹਨੇ ਸ਼ੁਰੂ ਕਿੱਥੋਂ ਕੀਤੀ ਵੀ ਸਾਨੂੰ ਬੜੀ ਖੁਸ਼ੀ ਹੋਈ ਵੀ ਭਾਈ ਰਣਜੀਤ ਸਿੰਘ ਜਿਹੜੇ ਆ ਇਹਦਾ ਤਤ ਗੁਰਮਤ ਦਾ ਪ੍ਰਚਾਰ ਕਰਨ ਲੱਗ ਗਏ
ਏ ਟੂ ਜੈਡ ਜਿੰਨੇ ਵਿਦਵਾਨ ਹੈ ਨਾ, ਜਿੰਨੇ ਮਤਲਬ ਜਾਗਰੂਕ ਹੈ, ਸਾਰੇ ਜਿਹੜੇ ਬੰਦੇ ਹੁਣ ਖਿਲਾਫ਼ ਵੀਡੀਓ ਪਾ ਰਹੇ ਹੈ ਇਸੇ ਕਰਕੇ ਪਾ ਰਹੇ ਹੈ, ਜਦੋਂ ਸ਼ੁਰੂ ਏਦਾਂ ਹੀ ਕਰਦੇ ਆ ਵੀ ਸਾਨੂੰ ਲੱਗਿਆ ਬੜਾ ਵਧੀਆ ਹੋਇਆ ਕੰਮ, ਆਏ ਹੋਇਆ ਆਏ ਹੋਇਆ, ਹੁਣ ਏਦਾਂ ਕਰਕੇ ਇਹਨਾਂ ਬੰਦਿਆਂ ਦੇ ਵਿੱਚ ਇਹਨਾਂ ਨੇ ਘਿਰੇ ਰਹਿਣਾ ਸੀਗਾ, ਆਹ ਬੰਦਿਆਂ ਨੇ ਜਿਹੜਾ ਕੋਲੇ ਬੈਠ ਕੇ ਏਦਾਂ ਸਲਾਹੀ ਪਏ, ਜਿੱਦਾਂ ਮੋਗੇ ਨੇ ਤੁਰੇ ਰਹਿੰਦੇ ਆ ਏਕਤਾ ਕਰਾਉਣ, ਏਦਾਂ ਹੀ ਇਹਨਾਂ ਨੇ ਤੁਰੇ ਰਹਿਣਾ ਸਾਰੇ ਬੰਦਿਆਂ ਨੇ, ਉਦਾਂ ਹਾਲਤ ਬਹੁਤ ਬੁਰੀ ਕਰਨੀ ਸੀ ਹਨਾ ਇਹਨਾਂ ਨੇ, ਤੇ ਹੁਣ ਇਹ ਬੰਦਿਆਂ ਨੂੰ ਦੇਖੋ ਅੰਦਰ ਖਾਤੇ ਪ੍ਰੋਬਲਮ ਚਿਮਟੇ ਤੋਂ ਵੀ ਪ੍ਰੋਬਲਮ ਹੈ ਕਹਿੰਦਾ ਸਾਡੇ ਨਾਲ, ਅਸੀਂ ਕਾਲਜ ਪੜ੍ਹਦੇ ਸੀ, ਤੁਸੀਂ ਮੇਰੀ ਗੱਲ ਨੀ ਪੂਰੀ ਹੋਣੀ, ਚੇਤਾ ਰੱਖੀ ਕਾਲਜ ਪੜ੍ਹਦੇ ਸੀ, ਜਾਣੀ ਮੈਨੂੰ ਚੇਤਾ ਆ ਗਿਆ ਵੀ ਨੀ ਕਰਨੀ ਕਿੱਦਾਂ ਸੀ, ਧੁੰਦੇ ਵੀ ਨੀ ਛੱਟੇ ਹੋ ਗੁੰਡੇ ਆ ਤਾਂ ਪੂਰੇ ਪੂਰੇ ਕੰਜਰ ਆ ਬੰਦੇ ਹਨਾ, ਉਹ ਨਾ ਕਾਲਜ ਪੜ੍ਹਦੇ ਸੀ, ਸਾਡੇ ਇੱਕ ਮੁੰਡਾ ਸੀ ਬਾਹਮਣਾ ਦਾ ਇੱਦਾਂ, ਤੇ ਉਹ ਸ਼ਰੀਫ ਜਿਹਾ ਬਹੁਤ ਸੀ ਜਾਣੀ, ਤੇ ਉਹ ਦੋ ਤਿੰਨ ਮੁੰਡੇ ਸੀ ਸੌਕਰ ਖੇਲਣੇ ਵਾਲੇ, ਉਹਨੇ ਨਾ ਏਦਾਂ 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 ਦੋ ਤਿੰਨਾਂ ਨੇ ਸਲਾਹ ਕਰਨੀ ਫਿਰ ਜਾਣਾ, ਤੇ ਜਾ ਕੇ ਨਾ ਪਲਾਟ ਜਿਹਾ ਤਿਆਰ ਕਰਕੇ ਏਦਾਂ ਕਦੇ ਉਹਦੇ ਘਰ ਚਲ ਜਾਣਾ, ਕਦੇ ਉਹਨੂੰ ਦੁਕਾਨ ਤੇ ਲੈ ਜਾਣਾ, ਕਦੇ ਉਹਦੇ ਜੋ ਖਾਣਾ ਖੁਣਾ ਲਿਆਂਦਾ ਹੁੰਦਾ ਉਹ ਏਦਾਂ ਹਨਾ, ਫਿਰ ਲੱਸੀ ਪੀਣੀ ਉਹਦੇ ਕੋਲੋਂ ਗੱਲਾਂ ਗੁੱਲਾਂ ਚ ਲੈ ਕੇ ਏਦਾਂ ਏਦਾਂ, ਤਾਂ ਮੈਨੂੰ ਲੱਗਦਾ ਮੈਂ ਕਿਹਾ ਨੀ ਏਦਾਂ ਪਰਮੇਸ਼ਰ ਦੁਆਰ ਜਾ ਕੇ ਏਦਾਂ ਹਨਾ, ਕਦੇ ਲੱਸੀ ਬਣਾਓ, ਕਦੇ ਕਾਜੂ, ਕਦੇ ਖੀਰ, ਏਦਾਂ ਫਿਰ ਉਹਨੂੰ ਏਦਾਂ ਅੱਡਾ ਜਿਹਾ ਬਣਾਈ ਰੱਖਣਾ ਸੀ, ਏਦਾਂ ਨਾਲੇ ਖਾਈ ਪੀ ਜਾਓ, ਨਾਲੇ ਕਰੀ ਜਾਓ, ਨਾਲੇ ਤਵਾ ਲਾਈ ਜਾਓ ਹਨਾ, ਆਪਣੀਆਂ ਬਾਕੀ ਜੋ ਹੈਗਾ ਆਪਣਾ ਲਾਹਾ ਲੂਹਾ ਲੈ ਕੇ ਹਨਾ ਦੁਕਾਨਾਂ ਏਦਾਂ ਰਹਿਣੀ ਸੀ। ਕੱਲ ਕੱਲ ਵਾਲੇ ਪ੍ਰੋਗਰਾਮ ਚ ਅੰਗਰੇਜ਼ ਸਿੰਘ ਹਰੇ ਗੱਲ ਕਰਦੇ ਸੀਗੇ, ਇਹਨਾਂ ਨੇ ਫੋਨ ਹੀ ਚੱਕਿਆ, ਸਾਡੇ ਤਾਂ ਫੋਨ ਹੀ ਬੰਦ ਕਰਤੇ ਇਹਨਾਂ ਨੇ ਅੰਗਰੇਜ਼ ਹਰਿਆਂ ਨੇ, ਲਾਂਭਾ ਦੇਣਾ ਸੀ ਮੈਨੂੰ ਫੋਨ ਗੱਲ ਨੀ ਹੋਈ ਦੁਨੀਆਂ ਚ, ਭੱਜ ਹੀ ਗਏ ਬੰਦ ਕਰਕੇ ਪ੍ਰੋਗਰਾਮ, ਮੈਂ ਫੋਨ ਤੇ ਫੋਨ ਕਰੀ ਗਿਆ। ਅੱਛਾ ਇਹ ਕਹਿੰਦੇ ਨਾ ਵੀ ਗੱਲ ਚੱਲਦੀ ਸੀ ਵੀ ਕਿਸੇ ਦਾ ਫੋਨ ਵੀ ਆਇਆ ਸੀਗਾ ਵੀਰ ਦਾ, ਉਹ ਕਹਿੰਦੇ ਵੀ ਜਦੋਂ ਕੋਈ ਬੰਦੇ ਇਕੱਠੇ ਚੱਲੇ ਆ ਇੱਕ ਥਾਂ ਤੇ ਜਾਣਾ ਚਾਹੁੰਦੇ ਆ, ਮੰਨ ਲਓ 10 ਜਾਣੇ ਇੱਕ ਥਾਂ ਤੇ ਜਾਣਾ ਚਾਹੁੰਦੇ ਆ, ਵਿੱਚੋਂ ਇੱਕ ਜਾਣੇ ਨੂੰ ਕਹਿੰਦੇ ਚੱਲ, ਉਹ ਕਹਿੰਦੇ ਚੱਲੋ ਚੱਲੋ ਚੱਲਾਂਗੇ ਚੱਲਾਂਗੇ, ਇੱਕ ਜਾਣੇ ਨੇ ਕਹਿਤਾ ਵੀ ਮੈਂ ਨਹੀਂ ਜਾਣਾਗਾ, ਬਾਕੀ ਨੋ ਚਲੇ ਜਾਣ ਤੁਹਾਡੀ ਏਕਤਾ ਹੈਗੀ ਆ, ਇੱਕ ਦੇ ਪਿੱਛੇ ਕਾਹਤੇ ਪੈ ਗਏ ਆ, ਉਹਦਾ ਕਾਰਨ ਪਤਾ ਕਿ ਇੱਕ ਦੇ ਪਿੱਛੇ ਕਿਉਂ ਪੈ ਗਏ ਆ, ਉਹ ਗੱਡੀ ਉਹਦੀ ਆ ਨਾ, ਗੱਡੀ ਉਹਦੀ ਗੱਡੀ ਜੇ ਤੇ ਜਾਣਾ ਆਪਦੇ ਕੋਲ ਤਾਂ ਕੱਖ ਵੀ ਨਹੀਂਗਾ, ਤਿਆਰੀ ਤਾਂ ਉਹਦੀ ਗੱਡੀ ਦੇ ਆਸਰੇ ਕੀਤੀ ਸੀਗੀ, ਕਈਆਂ ਦੇ ਇੱਦਾਂ ਵੀ ਹੁੰਦੇ ਜਿੱਥੇ ਮੂਹਰੇ ਜਾ ਕੇ ਰਹਿਣਾ ਹੁੰਦਾ ਉਹ ਵੀ ਉਹਦੀ ਮਾਸੀ ਦਾ ਘਰ ਹੁੰਦਾ, ਤਾਂ ਕਰਕੇ ਪ੍ਰੋਬਲਮ ਭਾਈ ਰਣਜੀਤ ਸਿੰਘ ਨਾਲ ਇਸੇ ਦੀ ਸੀ, ਉਹ ਕਹਿੰਦੇ ਇਹਨਾਂ ਨੇ ਤਾਂ ਚੜ ਕੇ ਜਾਣਾ ਸੀਗਾ, ਹੁਣ ਤੁਸੀਂ ਕਹਿੰਦੇ ਛੱਡ ਦੋ ਇਹਨਾਂ ਨੂੰ, ਇਹਨਾਂ ਨੇ ਤਾਂ ਸਾਨੂੰ ਖਿੱਚ ਖਿੱਚ ਕੇ ਲੈ ਕੇ ਜਾਣਾ ਸੀਗਾ, ਹੁਣ ਇਹ ਹਰੀਕੇ ਵਾਲਾ ਜਿਹੜਾ ਕਰੀ ਜਾਂਦਾ ਇਹਨੂੰ ਚਿਮਟੇ ਤੇ ਵੀ ਪ੍ਰੋਬਲਮ ਹੈ, ਇਹ ਕਹਿੰਦਾ ਵੀ ਚਿਮਟੇ ਬਾਰੇ ਕਹਿ ਹਟਿਆ ਕਹਿ ਹਟਿਆ, ਕਹਿੰਦਾ ਚਿਮਟਾ, ਕਹਿੰਦਾ ਚਿਮਟਾ ਚਿਮਟੇ ਨਾਲ ਕੀਰਤਨ ਕਰੀ ਜਾਂਦੇ, ਕਹਿੰਦਾ ਕਹਿੰਦਾ ਚਿਮਟਾ ਕਹਿੰਦੇ ਤਾਂ ਸਿੱਟੋ ਥੱਲੇ ਵੱਜਦਾ ਆਪੇ ਖੜਕਾਟ ਕਰਦਾ, ਬਸ ਖੜਕਾ ਕਰੀ ਜਾਂਦਾ, ਇਹਨੂੰ ਫੜਾ ਕੇ ਦਿਖਾਓਗਾ ਚਿਮਟੇ, ਇਹਨੂੰ ਰੱਖੋ ਇਹਨੂੰ ਰੱਖੋ ਉੱਥੇ ਚਿਮਟਾ ਵਜਾਉਣ ਰੱਖੋ, ਜਿੰਨੇ ਭਾਰੇ ਚਿਮਟੇ ਹੁੰਦੇ ਨਾ ਇਹਨਾਂ ਕੋਲ ਮੈਂ ਦੇਖੇ ਆ, ਉਹ ਚਿਮਟਾ ਫੜਾਓ ਇਹਨੂੰ, ਕਹੋ ਵੀ ਪੰਥਪ੍ਰੀਤ ਨਾਲ ਬਜਾ ਤੂੰ 6 ਮਹੀਨੇ ਬਜਾ। ਦੂਜਾ ਕਾਰਨ ਉਹ ਵੀ ਮੈਂ ਸੀਗਾ ਦਿਮਾਗ ਚ ਵੀ ਪੰਥਪ੍ਰੀਤ ਚਿਮਟਿਆਂ ਨਾਲ ਕੀਰਤਨ ਕਰਦਾ ਉਹ ਠੀਕ ਹੈ, ਪੰਥਪ੍ਰੀਤ ਇਹਨਾਂ ਦਾ ਪੁੱਛਿਆ ਨਾਲਾ ਹੋਵੇ ਇਹਨਾਂ ਨੂੰ ਵੀ ਕਿਹੜੇ ਤੰਤੀ ਸਾਜ ਵਜਾਉਂਦਾ ਉੱਥੇ, ਇਹ ਕਹਿੰਦਾ ਤੰਤੀ ਮਤਲਬ ਇਹ ਬੰਦੇ ਨਾ ਆਪਣੀ ਜਿਹੜਾ ਗਿਆਨ ਜਿਹਨੂੰ ਕਹਿੰਦੇ ਨਾ ਕਲਟ ਆਵਾਜ਼ ਕਿੱਦਾਂ ਦੀ ਘੜਾ ਰੱਖਾ ਏਕ, ਨਹੀਂ ਨਹੀਂ ਹੁਣ ਇਹ ਕਹਿੰਦਾ ਆਵਾਜ਼ ਘੜਦਾ ਜਿਹੜਾ ਕੱਟਾ ਬੋਲਦਾ ਹੁੰਦਾ, ਇਹ ਕਹਿੰਦਾ ਵੀ ਤੰਤੀ ਸਾਜ ਵਜਾਓ ਕਿਉਂਕਿ ਉਹ ਪਤਾ ਨੀ ਬੱਕਰੇ ਦੀ ਧੁਨੀ ਤੇ ਕਿਹਦੇ ਨਾਲ ਬਣਦਾ ਉਹ, ਵੀ ਮਤਲਬ ਉਹ ਜਿੱਦਾਂ ਸਾਡੇ ਵਾਲੇ ਨੀ ਕਹਿੰਦੇ ਵੀ ਰੇਡੀਓ ਦਾ ਲੋਗੋ ਅਸੀਂ ਬਣਾਇਆ, ਵੀ ਮਾਮਾ ਰੇਡੀਓ ਲੋਗੋ ਬੋਲਦਾ, ਤੰਤੀ ਸਾਜ ਨੇ ਗੱਲ ਕੱਢਣੀ ਉੱਥੇ, ਜਿਹੜਾ ਕਥਾਵਾਚਕ ਹੈ ਉਹਨੇ ਕਥਾਵਾਚਕ ਦੇ ਅੰਦਰ ਅੰਦਰਲੇ ਜਿਹੜਾ ਉਹਦਾ ਗਿਆਨ ਇਕੱਠਾ ਕੀਤਾ ਹੋਇਆ ਉਹਨੇ ਗੱਲ ਕਰਨੀ ਹੈ ਮਾਈਕ ਤੇ, ਤੰਤੀ ਸਾਜ ਨੇ ਉੱਥੇ ਕੀ ਕਰਨਾ ਉੱਥੇ, ਹੁਣ ਜਾ ਕੇ ਹੁਣ ਜਿੰਨੇ ਉਹਨਾਂ ਕੋਲੇ ਸਾਜ ਬਾਜੇ ਹੁੰਦੇ ਆ, ਮਤਲਬ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਵੀ ਇਹ ਬੰਦੇ ਹੈ ਗੱਲ ਕਰਨਾ ਟਾਈਮ ਹੋਈ ਜਾਂਦਾ, ਇਹ ਉਹ ਬੰਦੇ ਆ ਜਿਹੜੇ ਜਿਹੜੇ ਮੈਂ ਧੰਨਵਾਦ ਕਹਿੰਦਾ ਸੀ ਭਾਈ ਸਾਹਿਬ ਨੂੰ ਕਰਨਾ ਚਾਹੀਦਾ ਸਾਡਾ, ਇਹ ਬੰਦੇ ਤੂੰ ਮੇਰੀ ਵੀ ਕੁੱਤੇ ਗਾਲੀ ਕਰਾਉਣੀ ਆ, ਮੈਂ ਦੱਸ ਦੇਣਾ ਤੈਨੂੰ ਇੱਕ ਗੱਲ ਹੈਗੀ ਭਾਈ ਇਹਦਾ ਨਾ ਇੰਨਾ ਗੱਲਾਂ ਕਰੇ, ਸੋ ਤੈਨੂੰ ਬੇਨਤੀ ਹੈ ਬੰਦਾ ਡਿਮਾਂਡਾਂ ਬਹੁਤ ਰੱਖਦਾ ਠੀਕ ਹੈ, ਅਸੀਂ ਨੀ ਕਹਿ ਰਹੇ ਅੰਗਰੇਜ਼ ਵੀ ਨੀ ਮੈਨੂੰ ਲੱਗਦਾ ਕਹਿ ਰਿਹਾ, ਪਿੰਦਾ ਸਾਡਾ ਕੋਈ ਨੀ ਇਕੱਲਾ ਹੀ ਕਹਿੰਦਾ ਇਹ ਜਿਹੜਾ ਕਰਨਾ ਇਹਦਾ ਕਰਿਓ ਭਾਈ ਸਾਨੂੰ, ਹਾਂ ਤਾਂ ਕਰਕੇ ਆਹ ਬੰਦਿਆਂ ਨੇ ਜੇ ਨਾਲ ਬਹਿੰਦੇ ਆਹ ਬੰਦਿਆਂ ਨੇ ਸਟ੍ਰੈਟ ਮਤਲਬ ਅੰਦਰ ਤਾਂ ਖੋਟ ਇੰਨੀ ਇਹਨਾਂ ਬੰਦਿਆਂ ਦੇ ਵੀ ਚਿਮਟੇ ਤੋਂ ਵੀ ਪ੍ਰੋਬਲਮ, ਇਹਨਾਂ ਬੰਦਿਆਂ ਨੂੰ ਧਾਰਨਾ ਤੋਂ ਵੀ ਪ੍ਰੋਬਲਮ, ਇਹਨਾਂ ਬੰਦਿਆਂ ਨੂੰ ਡੇਰੇ ਤੋਂ ਵੀ ਪ੍ਰੋਬਲਮ ਹੈ, ਨਹੀਂ ਜੇ ਤੂੰ ਇਹ ਗੱਲ ਮੰਨਦਾ ਵੀ ਏਦਾਂ ਉਹਨਾਂ ਦਾ ਫਾਇਦਾ ਹੋਇਆ ਫਿਰ ਇਹ ਵੀ ਮੰਨਣੀ ਪਊਗੀ ਵੀ ਇਹਨਾਂ ਵਿਚਾਰਿਆਂ ਨੇ ਧੱਕਾ ਵਾ ਕੀਤਾ ਆਪਾਂ, ਇਹ ਬੰਦੇ ਹੁਣ ਸਾਨੂੰ ਸਾਨੂੰ ਪਿੱਟ ਦੇਗਾ, ਜਿਹੜੀ ਕਹਿੰਦੇ ਨਾ ਵੀ ਸਾਨੂੰ ਗਾਲਾਂ ਕੱਢਦੇ ਆ, ਇਹ ਗਾਲਾਂ ਪਤਾ ਕਿਹਨੂੰ ਗਿਣਦੇ ਆ, ਇਹ ਤੇ ਹਰੀਕੇ ਦੀ ਜੇ ਅਸਲੀਅਤ ਦੱਸਤੀ ਨਾ ਇਹਨੂੰ, ਇਹਨੂੰ ਗਾਲਾਂ ਗਿਣ, ਗਾਲਾਂ ਬੇਇੱਜ਼ਤੀ ਕੀਤੀ, ਸਾਡੀ ਬੇਇੱਜ਼ਤੀ ਕੀਤੀ, ਕਰੈਕਟਰ ਅਸੈਸੀਨੇਸ਼ਨ ਕੀਤਾ,
ਜਿਹੜੇ ਨਾ ਇਹ ਸੁਭਾਅ ਹੁੰਦਾ ਇਹ ਬੰਦੇ ਜਦੋਂ ਹੇਰਾ ਫੇਰੀ ਕਰਨ ਲੱਗਦੇ ਆ ਕਈ ਨਿਆਣੇ ਹੁੰਦੇ ਆ ਜਦੋਂ ਨਾ ਉਹ ਰੋਲ ਵੱਢਦੇ ਆ ਜੇ ਫੜ ਲਓ ਤੁਸੀਂ ਤੇ ਉਹ ਉੱਥੇ ਉੱਥੇ ਰੋਲਾ ਪਾਉਂਦੇ ਵੀ ਤੂੰ ਫੇਰ ਨੀ ਕਰਦਾ ਵੀ ਤੂੰ ਮੈਨੂੰ ਰੋਲ ਵੱਢਦੇ ਨੂੰ ਫੜਕਾ ਤੇ ਲਿਆ ਮੈਨੂੰ ਗਲਤੀ ਕਰਨ ਲੱਗੇ ਨੂੰ ਫੜ ਲਿਆ ਤਾਂ ਹੁਣ ਤੂੰ ਠੀਕ ਨੀ ਹੈਗਾ ਇੱਦਾਂ ਕਹਿੰਦੇ ਨੀ ਉਹ ਆਹੋ ਤੁਸੀਂ ਤਾਂ ਕਹਿ ਕੇ ਦੱਸੀ ਜਾਂਦੇ ਕਹਿੰਦੇ ਥੋੜੀ ਆਹੋ ਉਹ ਬੰਦਾ ਝੱਗਾ ਪਜਾਮੇ ਨੂੰ ਪੈਂਦੇ ਉਹਨੂੰ ਪੈਂਦੇ ਖਚੀਚੀ ਵੱਟਦੇ ਆ ਉਹਦੇ ਡਲਾ ਮਾਰ ਕੇ ਭੱਜਣਗੇ ਵੀ ਇਹ ਬੰਦਾ ਹਮੇਸ਼ਾ ਏਦਾਂ ਕਰਦਾ ਤੇਰਾ ਕੰਮ ਹੀ ਹੈ ਅਗਲੇ ਨੂੰ ਕਹਿਣਾ ਤੂੰ ਰੋਈ ਜਾਂਦਾ ਅਗਲੇ ਨੂੰ ਏਦਾਂ ਕਹਿਣਾ ਹੁੰਦਾ ਰੋਲ ਵੱਢਦਾ ਹੁਣ ਜੇ ਇਹਨਾਂ ਨੂੰ ਤਾਂ ਕਹਿਤਾ ਕੋਈ ਬੰਦਾ ਧੁੰਦਾ ਹੈ ਮੰਨ ਲਓ ਉਹਨੂੰ ਕਹਿਤਾ ਵੀ ਕਮੀਣਾ ਹੈ ਇਹ ਬੇਈਮਾਨ ਹੈ ਇਹ ਬੰਦਾ ਨਾਲ ਚਾਰ ਬੇਈਮਾਨੀਆਂ ਦੱਸਤੀਆਂ ਇਹ ਕਹਿ ਉਹ ਬੇਈਮਾਨੀਆਂ ਤੇ ਡਿਸਕਸ਼ਨ ਨੀ ਕਰਨੀ ਇਹਨਾਂ ਨੇ ਕਹਿਣਾ ਵੀ ਲੈ ਦੇਖ ਲਓ ਕਰੈਕਟਰ ਅਸੈਸੀਨੇਸ਼ਨ ਕਰਦੇ ਉਹਨਾਂ ਨੂੰ ਗਾਲਾਂ ਕੱਢਦੇ ਆ ਯਾਰ ਤੁਸੀਂ ਗੱਲ ਦੀ ਗੱਲ ਕਰੋ ਹਾਂ ਤੁਸੀਂ ਸਾਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ ਸਾਡੀ ਗੱਲ ਤਾਂ ਕਰੋ ਤੁਸੀਂ ਉੱਥੇ ਜਾ ਕੇ ਇੱਕ ਗੱਲ ਸਰੋਤਿਆਂ ਨੂੰ ਦੱਸ ਦਿੰਦੇ ਆ ਵੀ ਭਾਈ ਜੇ ਇੰਨੇ ਚਿਰ ਚ ਨਾ ਇਹਨਾਂ ਨੂੰ ਧੁੰਦੇ ਹੁਣ ਤਾਂ ਪਤਾ ਆ ਸਾਡਾ ਉਦਾ ਵੀ ਅਸੀਂ ਕਿੱਦਾਂ ਦੇ ਹਾਂ ਜੇ ਕੋਈ ਬੰਦਾ ਨਾ ਇਹ ਭੁਲੇਖੇ ਚ ਆ ਵੀ ਧੁੰਦਾ ਗੱਲ ਕਿਉਂ ਨੀ ਕਰਦਾ ਧੁੰਦਾ ਜਵਾਬ ਪੰਥ ਫਰੀ ਜਵਾਬ ਕਿਉਂ ਨੀ ਦਿੰਦਾ ਉਹਨਾਂ ਨੂੰ ਪਤਾ ਆ ਸਾਡੇ ਬਾਰੇ ਜਵਾਬ ਦੇ ਨੀ ਹੋਣੇ ਉਹਨਾਂ ਤੋਂ ਇੱਕ ਗੱਲ ਦਾ ਖਿਆਲ ਰੱਖਿਓ ਜਿਹੜਾ ਆਉਣੇ ਵਾਲਾ ਸਮਾਂ ਨਾ ਉਹ ਸੌਖਾ ਨੀ ਹੋਣਾ ਇੰਨਾ ਇੱਦਾਂ ਹਾਲਤ ਬੁਰੀ ਕਰਾਂਗੇ ਕਿਉਂ ਅਸੀਂ ਤਾਂ ਕੋਈ ਸੰਭਾਲਿਆ ਹੀ ਨਹੀਂ ਨਾ ਸਾਡੇ ਕੋਲ ਬਚਾਉਣ ਲਈ ਕੁਛ ਨਹੀਂ ਹੈਗਾ ਅਸੀਂ ਥੋੜੋ ਇਸ ਗੱਲ ਇੱਕ ਗੱਲ ਆ ਆਉਣ ਵਾਲੇ ਸਮੇਂ ਚ ਕਿਸੇ ਵੀ ਅਯੋਗ ਬੰਦੇ ਨੂੰ ਕਿਸੇ ਮਤਲਬੀ ਬੰਦੇ ਨੂੰ ਕਿਸੇ ਫੁਕਰੇ ਬੰਦੇ ਨੂੰ ਕਿਸੇ ਸਵਾਰਥੀ ਬੰਦੇ ਨੂੰ ਜੇ ਉਹ ਚੁੱਪ ਚਪੀਤਾ ਸ਼ਾਰਟਕੱਟ ਮਾਰ ਕੇ ਪੰਥ ਦੇ ਮੋਢਿਆਂ ਤੇ ਚੜ ਕੇ ਗਾਹਾਂ ਜਾਣ ਲੱਗਾ ਨਾ ਉਹਨੂੰ ਜਾਣ ਨਹੀਂ ਦਿਆਂਗੇ ਅਸੀਂ ਜਿਹੜਾ ਮਰਜ਼ੀ ਹੋਵੇ ਉਹ ਠੀਕ ਹੈ ਹੁਣ ਇੱਕ ਇੱਦਾਂ ਦਾ ਕਲਚਰ ਸਿਰਜਿਆ ਜਾਊਗਾ ਇੱਕ ਮਾਹੌਲ ਇੱਦਾਂ ਦਾ ਬਣੂਗਾ ਜਿਹਦੇ ਵਿੱਚ ਲੋਕਾਂ ਦੇ ਅੰਦਰ ਇਹ ਤਾਕਤ ਆਊਗੀ ਬੋਲਣ ਦੀ ਉਹਨਾਂ ਦੇ ਅੰਦਰ ਯੋਗਤਾ ਆਊਗੀ ਇਹ ਗੱਲ ਨੂੰ ਪਰਖਣ ਦੀ ਦੇਖਣ ਦੀ ਇੱਕ ਨਜ਼ਰੀਆ ਸੈੱਟ ਹੋਊਗਾ ਆਉਣ ਵਾਲੇ ਸਮੇਂ ਚ ਜਿਹ ਚ ਹਰੇਕ ਬੰਦਾ ਬਿਲਕੁਲ ਪਰਖ ਕੇ ਦੇਖ ਹੁਣ ਤੁਸੀਂ ਜਿਹੜੇ ਬੰਦੇ ਕਾਰ ਚਲਾਉਣ ਲੱਗ ਪੈਂਦੇ ਆ ਦੋ ਤਿੰਨ ਸਾਲ ਚ ਉਹਨੂੰ ਪਤਾ ਲੱਗਣ ਲੱਗ ਪੈਂਦਾ ਵੀ ਜਦੋਂ ਕਾਰ ਲੈਣੀ ਆ ਵੀ ਜਿੱਦਾਂ ਹੁਣ ਟੋਇਟਾ ਆ ਕਿਹੜੇ ਮਾਡਲ ਦੀ ਕਿੰਨੀ ਚੱਲੀ ਉਹ ਆ ਕਿੰਨੀ ਕੁ ਦੀ ਅਗਲਾ ਹੁਣ ਉੱਤੇ ਇੰਟਰਨੈਟ ਤੇ ਜਾਂਦਾ ਅਗਲਾ ਟ੍ਰੇਡਮੀ ਤੇ ਦੇਖਦਾ ਵੀ ਭਾਈ ਮੈਂ ਇੱਦਾਂ ਇੱਦਾਂ ਦੇਖ ਚਾਰ ਸਾਲ ਪੁਰਾਣੀ ਮੈਂ ਕਾਰ ਦੇਖਦਾ ਸੀ ਵੀ 40,000 ਚੱਲੀ ਹੋਵੇ 1800 CC ਦੀ ਵੀ ਉਹ ਇੱਦਾਂ 10,000 ਤੋਂ ਲੈ ਕੇ 14,000 ਤੱਕ ਆ ਵੀ ਜੇ ਉਹਨੂੰ ਪਤਾ ਲੱਗਦਾ ਮੁੜ ਕੇ ਵੀ ਇੱਦਾਂ ਇਸ ਲਾਲ ਰੰਗ ਦੇ ਵਿੱਚ 12,000 ਦੀ ਮਿਲ ਗਈ ਕਹਿੰਦਾ ਬਹੁਤ ਵਧੀਆ ਜੀ ਮਤਲਬ ਉਹ ਯੁਗਤ ਉਹਨੂੰ ਆ ਜਾਂਦੀ ਆ ਜਦੋਂ ਚਲਾਉਣ ਲੱਗ ਪੈਂਦਾ ਜਿਹੜਾ ਬੰਦਾ ਕਾਰ ਚਲਾਉਂਦਾ ਨੀ ਹੁਣ ਜੇ ਸਾਨੂੰ ਕੋਈ ਕਹੇ ਵੀ ਹੈਲੀਕਾਪਟਰ ਦੇਖਣਾ ਸਾਨੂੰ ਪਤਾ ਲੱਗ ਜੂ ਵੀ ਕਿੱਦਾਂ ਕੀ ਪਰਖਣਾ ਉਹਦਾ ਕੁਛ ਨੀ ਪਤਾ ਲੱਗ ਹੁਣ ਜੈਟਸਕੀ ਬੋਟ ਲੈਣੀ ਹੋਵੇ ਸਾਨੂੰ ਪਤਾ ਲੱਗ ਜੂ ਕੀ ਦੇਖਣਾ ਅਸੀਂ ਕਾਰ ਵਾਂਗ ਹੀ ਦੇਖਣੀ ਆ ਵੀ ਇੰਨੀ ਕੁ ਪੁਰਾਣੀ ਹੋਵੇ ਇੱਦਾਂ ਹੋਵੇ ਬਾਅਦ ਚ ਪਤਾ ਲੱਗਣਾ ਵੀ ਉਹਦੀ ਤਾਂ ਉਮਰੇ 6 ਸਾਲ ਹੁੰਦੀ ਆ ਵੀ ਉਹ ਚ ਉਹਦੇ ਚ ਸਾਲਾਂ ਦੇ ਨਾਲ ਕੋਈ ਲੈਣਾ ਦੇਣਾ ਨੀ ਉਹ ਤਾਂ ਘੰਟਿਆਂ ਦੇ ਨਾਲ ਚੱਲਦੀ ਆ ਹੁਣ ਕਾਰ ਚ ਕਿਲੋਮੀਟਰ ਦੇਖੀ ਦੇ ਆ ਬੋਟ ਦੇ ਵਿੱਚ ਘੰਟੇ ਦੇਖੇ ਜਾਂਦੇ ਆ ਠੀਕ ਹੁਣ ਕਈ ਬੋਟਾਂ ਉਦਾਂ ਸਸਤੀਆਂ ਹੁੰਦੀਆਂ ਆ ਉਹਦੇ ਵਿੱਚ ਸਰਵਿਸ ਥੋੜੇ ਘੰਟਿਆਂ ਬਾਅਦ ਕਰਾਉਣੀ ਪੈਂਦੀ ਆ ਉਹਦੀ ਇੰਜਣ ਦੀ ਲਾਈਫ ਮਰ ਜਾਂਦੀ ਉਹਦੀ ਠੀਕ ਹੁਣ ਉਹ ਚੀਜ਼ ਜਦੋਂ ਬੰਦਾ ਪੈਂਦਾ ਆ ਉਹਦੇ ਵਿੱਚ ਫਿਰ ਪਤਾ ਲੱਗਦਾ ਹੁਣ ਜਿਹੜਾ ਬੰਦਾ ਹਮੇਸ਼ਾ ਬੱਸ ਤੇ ਸਫ਼ਰ ਕਰਦਾ ਆ ਉਹਨੂੰ ਜਹਾਜ਼ ਦੀ ਟਿਕਟ ਲੈਣੀ ਪੈਂਦੀ ਸੌਖੀ ਥੋੜਾ ਹੁੰਦੀ ਆ ਜਿਹੜਾ ਹਮੇਸ਼ਾ ਜਹਾਜ਼ ਤੇ ਕਰਦਾ ਆ ਉਹਨੂੰ ਕਰੂਜ਼ ਦੇ ਵਿੱਚ ਜਾਣਾ ਪਵੇ ਉਹਨੂੰ ਉਹਨੂੰ ਸਲਾਹਕਾਰ ਦੀ ਲੋੜ ਪਰ ਜਦੋਂ ਜਾਣ ਲੱਗ ਪੈਂਦਾ ਫਿਰ ਉਹ ਤਜਰਬਾ ਹੋਣ ਲੱਗ ਪੈਂਦਾ ਕਿਉਂ ਸਾਡੀ ਬਦਕਿਸਮਤੀ ਸੌਰੀ ਸਾਡੀ ਮੈਂ ਗੱਲ ਕਰਨੀ ਆ ਪਹਿਲਾਂ ਨਹੀਂ ਮਤਲਬ ਜਿਹੜੀ ਸਾਡੀ ਬਦਕਿਸਮਤੀ ਇਹ ਆ ਵੀ ਅਸੀਂ ਮਾਹੌਲ ਜਿਹੜਾ ਆ ਨਾ ਸਾਡੇ ਆਲੇ ਦੁਆਲੇ ਉਹ ਇੱਦਾਂ ਦਾ ਸਿਰਜਿਆ ਗਿਆ ਆ ਪਿਛਲੱਗ ਜਿਹਾ ਸਾਰਿਆਂ ਨੂੰ ਪ੍ਰਵਾਨ ਜਿਹਾ ਕਰਨੇ ਵਾਲਾ ਇਕੱਠੇ ਜਿਹਾ ਚੱਲਣੇ ਵਾਲਾ ਏਕਤਾ ਜੀ ਵਾਲਾ ਵੀ ਸਾਰੇ ਰਲ ਕੇ ਚੱਲੋ ਰਲ ਕੇ ਮਤਲਬ ਸਾਰੇ ਰਲ ਮਿਲ ਕੇ ਖਾਈ ਜਾਓ ਸਾਨੂੰ ਪਤਾ ਨਿਊਜ਼ੀਲੈਂਡ ਦੇ ਵਿੱਚ ਜਦੋਂ ਅਸੀਂ ਰੇਡੀਓ ਸ਼ੁਰੂ ਕੀਤਾ ਸਾਰੇ ਗਰੁੱਪ ਸਾਡੇ ਵਿਰੁੱਧ ਕਿਉਂ ਹੋਏ ਸੀ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਗੱਲਾਂ ਜਦੋਂ ਇਹ ਗੱਲਾਂ ਹੋਣ ਲੱਗੀਆਂ ਕਿਤੇ ਨਾ ਕਿਤੇ ਫੜੇ ਜਾਣਾ ਸੀ ਇਸ ਕਰਕੇ ਇੱਦਾਂ ਨਾ ਕਰੋ ਯਾਰ ਵੀ ਸਾਰੇ ਖਾਂਦੇ ਖਾਈ ਜਾਓ ਇਹ ਸਾਰੇ ਪਾਸਿਆਂ ਆਏ ਹਨ ਸਾਡਾ ਕਲਚਰ ਹੀ ਹੈ ਇਹ ਵੀ ਤੂੰ ਮੈਂ ਤੈਨੂੰ ਨਹੀਂ ਟੋਕਦਾ ਹੈਗਾ ਤੂੰ ਮੈਨੂੰ ਨਾ ਟੋਕ ਬਸ ਇਹ ਚੀਜ਼ ਚਾਹੁੰਦੇ ਆ ਇਹ ਬੰਦੇ ਹੁਣ ਜੇ ਤੁਸੀਂ ਕਿਸੇ ਨੂੰ ਟੋਕਤਾ ਉਹਨੂੰ ਫਿਰ ਕਰੈਕਟਰ ਅਸੈਸੀਨੇਸ਼ਨ ਕਿਹਾ ਜਾਂਦਾ ਵੀ ਜੇ ਕਿਸੇ ਨੂੰ ਟੋਕਣਾ ਉਹਦੀਆਂ ਗਲਤੀਆਂ ਨੂੰ ਦੱਸਣਾ ਉਹਦੀਆਂ ਗਲਤੀਆਂ ਦੇ ਲਈ ਸਹੀ ਅਲਫਾਜ਼ ਇੱਦਾਂ ਲਾਉਣੇ ਢਕਾ ਢਕਾ ਕੇ ਫਿਰ ਉਹਨੂੰ ਕਹਿੰਦੇ ਉਹਦਾ ਕਰੈਕਟਰ ਅਸੈਸੀਨੇਸ਼ਨ ਉਹ ਕਿਸੇ ਉਸ ਬੰਦੇ ਦਾ ਕਰੈਕਟਰ ਅਸੈਸੀਨੇਸ਼ਨ ਕਦੇ ਨਹੀਂ ਹੋ ਸਕਦਾ ਹੈਗਾ ਜਿਹੜੇ ਬੰਦੇ ਵਿੱਚ ਉਹ ਗਲਤੀਆਂ ਨਾ ਹੋਣ ਸਾਡੇ ਤੇ ਘੱਟ ਇਲਜ਼ਾਮ ਲਾਏ ਆ ਤੁਹਾਡੇ ਤੇ ਕਿੰਨੇ ਇਲਜ਼ਾਮ ਲਾਏ ਇਹਨਾਂ ਬੰਦਿਆਂ ਨੇ ਅਜੇ ਵੀ ਲਾਈ ਜਾਣ ਕਿੰਨੇ ਆਰਟੀਕਲ ਜੇ ਇਦਾਂ ਕਰ ਹੁੰਦਾ ਜੇ ਇਦਾਂ ਕਰ ਹੁੰਦਾ ਅਸੀਂ 3 ਮਹੀਨੇ ਦਿੰਨੇ ਇਹਨਾਂ ਨੂੰ ਇਹ ਇਕੱਠੇ ਹੋ ਕੇ ਜੋ ਕਰ ਹੁੰਦਾ ਇਹ ਕਹਿ ਲੈਣ ਠੀਕ ਹੈ ਜਿਹੜੇ ਬੰਦੇ ਨੂੰ ਠਾ ਹੁੰਦਾ ਹਟਾ ਹੁਣ ਮੇਰੀ ਵਾਈਫ ਆ ਉਹ ਮੇਰੇ ਨਾਲ ਰਹਿੰਦੀ ਆ ਉਹ ਮੈਨੂੰ ਜਾਣਦੀ ਆ ਮੇਰੇ ਬਾਰੇ ਜਦੋਂ ਕੋਈ ਗੱਲ ਕਹਿਣਗੇ ਜਿਹੜੀ ਉਹਨੂੰ ਨੇੜਿਓਂ ਨਹੀਂ ਦਿਸ ਰਹੀ ਉਹ ਕਿੱਦਾਂ ਭਰੋਸਾ ਕਰ ਲਊਗੀ
ਜਿਹਨੂੰ ਵਿਸ਼ਵਾਸ ਹੀ ਨਹੀਂ ਮੇਰੇ ਦੇ, ਜਿਸ ਬੰਦੇ ਨੂੰ ਇਹ ਜਿਹੜਾ ਬੰਦਾ ਹਰ ਥਾਂ ਤੇ ਬੇਈਮਾਨੀ ਕਰਦਾ, ਜਿਹਨੂੰ ਇਹ ਪਤਾ ਵੀ ਕਿਤੇ ਫੜ ਨਾ ਹੋ ਜਾਵੇ, ਉਹਨੂੰ ਇਹ ਲੱਗਦਾ ਵੀ ਮੇਰਾ ਅਸੈਸੀਨੇਸ਼ਨ ਕਰ ਦਿੱਤਾ. ਉਹ ਗੱਲ ਪਤਾ ਕੀ ਆ, ਉਹ ਕਹਿੰਦਾ ਪਤਾ ਨਹੀਂ ਸੀ ਕਿਸੇ ਨੂੰ, ਮੇਰੇ ਆਲੇ ਦੁਆਲੇ ਵਾਲੇ ਨੂੰ ਪਤਾ ਨਹੀਂ ਸੀ, ਇਹਨੇ ਦੱਸ ਦਿੱਤਾ, ਹੁਣ ਸ਼ੱਕ ਕਰਨ ਲੱਗ ਪਿਆ ਮੇਰੇ ਤੇ, ਉਹਨੂੰ ਅਸੈਸੀਨੇਸ਼ਨ ਦੱਸਦਾ ਹੋ ਵੀ ਕਤਲ ਕਰ ਦਿੱਤਾ. ਠੀਕ ਹੈ, ਇਸ ਕਰਕੇ ਭਾਈ ਆਪਾਂ ਸੰਭਲ ਕੇ ਚੱਲੀਏ, ਇੱਦਾਂ ਹੋ ਨਹੀਂ ਸਕਦਾ ਹੁੰਦਾ. ਜਿੰਨਾ ਜੇ ਤੁਮਤਾਂ ਦੀ ਗੱਲ ਕਰਦੇ, ਗੁਰੂ ਸਾਹਿਬ ਦੇ ਉੱਤੇ ਜਿੰਨੀਆਂ ਲੱਗੀਆਂ, ਜਦੋਂ ਹੁਣ ਟਕਸਾਲਾਂ ਡੇਰਿਆਂ ਨੂੰ ਵੀ ਦੇਖਦੇ ਹਾਂ, ਜਿੰਨਾ ਉਹਨਾਂ ਨੇ ਦਸਾਂ ਪਾਤਸ਼ਾਹੀਆਂ ਦੇ ਸੰਬੰਧ ਵਿੱਚ ਝੂਠ ਬੋਲਿਆ ਸੂਰਜ ਪ੍ਰਕਾਸ਼ ਦੇ ਵਿੱਚ, ਔਰ ਇਤਿਹਾਸ ਦੇ ਰਾਹੀਂ ਜਿਹਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਕਹਿੰਦੇ ਆ, ਬੜੇ ਧੱਕੇ ਹੋਏ ਆ. ਪਰ ਉਹਨੂੰ ਗਾਹਾਂ ਤੋਂ ਸਾਨੂੰ ਥੋੜਾ ਜਿਹਾ ਸੰਭਲ ਕੇ, ਇਸ ਲਈ ਹਿੰਮਤ ਕਰਕੇ. ਠੀਕ ਹੈ, ਦੂਜਾ ਪਾਸਾ ਉਹ ਵੀ ਹੈ ਨਾ, ਜਿਹੜਾ ਗੁਰੂ ਪਾਤਸ਼ਾਹ ਨੇ ਕੀਤਾ ਅਗਲੇ ਦਾ, ਰਾਜਿਆਂ ਦੇ ਵੀ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਤਾਂ ਕੁੱਤਿਆਂ ਨੂੰ ਤੁਰੇ ਫਿਰਦੇ ਆ, ਤਾਂ ਇਹ ਤਾਂ ਸਾਰਾ ਕੁਛ ਖਾ ਜਾਣਗੇ ਇੱਥੇ, ਇਹਨਾਂ ਨੇ ਕੁਛ ਨੀ ਛੱਡਣਾ. ਉਹ ਆਹ ਵੀ ਕਹਿੰਦਾ ਸੀ ਨਾ, ਕਹਿੰਦਾ ਵੀ ਜਿਹੜਾ ਆਪਣੀ ਮਾਂ ਵਰਗੀ ਔਰਤ, ਦੇਖੋ ਉਹ ਔਰਤ ਕਹਿ ਰਹੀ, ਉਹਦੀ ਗੱਲ ਕਰਦਾ ਜਿਹੜੀ ਬਾਬਾ ਬੁੱਢਾ ਜੀ ਵਾਲੀ ਆ, ਜਿਹੜੀ ਕਹਿੰਦੀ ਸਾਡੇ ਮਾਝੇ ਚ, ਸਾਡੇ ਮਾਝੇ ਚ ਇੱਦਾਂ ਕਹਿੰਦੇ ਆ ਵੀ ਇਹ ਛਿੱਤਰਾਂ ਦੀ ਘਾਟ ਆ. ਠੀਕ ਹੈ, ਹੁਣ ਉਹ ਤਾਂ ਜੋ ਮਰਜ਼ੀ ਬੋਲੀ ਜਾਵੇ, ਤੁਸੀਂ ਕੀਤਾ ਕਹਿੰਦੇ ਮਾਂ ਵਰਗੀ ਔਰਤ ਨੂੰ ਇੱਦਾਂ ਕਹਿ ਦਿੱਤਾ. ਹੁਣ ਇੱਕ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਗੁਰਬਾਣੀ ਦੇ ਵਿੱਚ ਪੰਕਤੀ ਆ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ. ਠੀਕ ਹੈ, ਰੰਡੀਆਂ ਕੁੱਟਣੀਆਂ ਜਿਹੜਾ ਸ਼ਬਦ ਆਇਆ, ਉਹ ਜੇ ਕੋ ਪੁੱਛੇ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਕਿਹਦੇ ਲਈ ਕਿਹਾ ਆ, ਮਤਲਬ ਕਿਹੜੀ ਉਮਰ ਦੀ ਔਰਤ ਲਈ ਕਿਹਾ ਆ, ਤੇ ਮਾਂ ਦੀ ਉਮਰ ਦੀ ਲੈ ਕਿਹਾ, ਭੈਣ ਦੀ ਉਮਰ ਲਈ ਕਿਹਾ, ਜਾਂ ਧੀ ਦੀ ਉਮਰ ਲਈ, ਜਾਂ ਪੋਤੀ ਦੀ ਉਮਰ ਦੀ ਲੈ ਕਿਹਾ, ਕਿਹਦੇ ਲਈ ਕਿਹਾ ਆ, ਮਤਲਬ ਕਿਸੇ ਉਮਰ ਦੀ ਤਾਂ ਹੋਊਗੀ ਨਾ. ਜੇ ਅਗਲੀ ਪੰਜ ਸੱਤ ਸੱਤ ਦਸ ਸਾਲ ਦੀ ਹੋਈ ਤਾਂ ਅਗਲਾ ਕਹੂਗਾ ਤੇਰੀ ਪੋਤੀ ਦੀ ਉਮਰ ਦੀ ਕਿੱਦਾਂ ਦੇ ਸ਼ਬਦ ਬੋਲਦਾ ਤੂੰ. ਜੇ ਉਹ ਮੰਨ ਲਓ 30-40 ਸਾਲ ਦੀ ਉਮਰ ਦੀ ਹੋਊਗੀ, ਅਗਲਾ ਕਹੂਗਾ ਤੇਰੀ ਭੈਣ ਦੀ ਉਮਰ ਹੀ ਕਿੱਦਾਂ ਦੇ ਸ਼ਬਦ ਬੋਲਦਾ, ਤੇਰੀ ਕੁੜੀ ਦੀ ਉਮਰ ਦੀ ਆ ਕਿੱਦਾਂ ਦੇ ਬੋਲਦਾ. ਹੁਣ ਗੱਲ ਉੱਥੇ ਕਿਰਦਾਰ ਦੀ ਆ, ਸਵਾਲ ਇਹ ਨਹੀਂ ਹੈਗਾ. ਜੇ ਅਸੀਂ ਚਾਹੁੰਦੇ ਹਾਂ, ਜਿਹੜੇ ਅਸੀਂ ਸ਼ਬਦ ਬੋਲਦੇ ਹਾਂ ਸਾਨੂੰ ਪਤਾ ਆ ਚੰਗੀ ਤਰ੍ਹਾਂ ਇਹਦੇ ਬਦਲੇ 'ਚ ਸਾਨੂੰ ਕੀ ਮਿਲਣਾ, ਔਰ ਦਿੱਤਾ ਹੈ ਤੁਸੀਂ, ਅਸੀਂ ਐਕਸੈਪਟ ਕੀਤਾ. ਅੱਗੇ ਤੋਂ ਵੀ ਅਸੀਂ ਇਸ ਗੱਲ ਤੇ ਸ਼ਿਕਵਾ ਨਹੀਂ ਕਦੇ ਵੀ ਕਰਦੇ ਵੀ ਤੁਸੀਂ ਕੀ ਕਹਿੰਦੇ ਆ, ਤੁਸੀਂ ਫੰਡਰ ਗਾਂ ਕਦੇ ਕੁਛ ਕਦੇ ਕੁਛ. ਹਾਂ, ਉਹਦੇ ਬਦਲੇ ਚ ਅਸੀਂ ਤੁਹਾਨੂੰ ਇਹ ਜ਼ਰੂਰ ਕਹਿੰਦੇ ਆ ਵੀ ਜਿਹੜਾ ਸ਼ਬਦ ਸਾਡੇ ਲਈ ਵਰਤਣਾ ਉਹਦੇ ਲਈ ਆਪ ਤਿਆਰ ਰਹੋ. ਪ੍ਰਭ ਦੀ ਪੁੱਦਣ ਕਹਿੰਦਾ ਸੀਗਾ, ਮੈਂ ਸ਼ਬਦ ਵਰਤਿਆ ਸੀ ਨੋਰਮਲ ਇੱਕ ਸੰਬੋਧਕ ਸ਼ਬਦ ਵੀ ਕੰਜਰ ਦਿਓ. ਠੀਕ ਆ, ਉਹਦੇ ਇਨ ਅਰਥ ਇੱਦਾਂ ਕਰ ਦਿੱਤੇ ਵੀ ਕੰਜਰ ਇੱਦਾਂ ਕਹਿੰਦਾ ਕੰਜਰ ਡੇਰਿਆਂ ਚ ਜਿਹੜੇ ਪਲਦੇ ਆ ਉਹ ਕੰਜਰ ਹੁੰਦੇ ਆ. ਪ੍ਰਭਦੀਪ ਨੂੰ ਯਾਦ ਕਰਾ ਦਈਏ, ਹੁਣ ਫਿਰ ਤੁਸੀਂ ਕਹਿਣਾ ਵੀ ਮਾਂ ਦੀ ਉਮਰ ਤੇ ਗਿਆ, ਇਹਨੂੰ ਯਾਦ ਹੋਵੇ. ਜੇ ਨਹੀਂ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਫੋਨ ਕਰਕੇ ਪੁੱਛ ਲਵੇ ਵੀ ਪ੍ਰੋਫੈਸਰ ਦਰਸ਼ਨ ਸਿੰਘ ਜੀ, ਤੁਹਾਡਾ ਜਿਹੜਾ ਭਰਾ ਜਦੋਂ ਨਾਨਕ ਸਰੀਆ ਸਾਧ ਮਰਿਆ ਆ, ਉਹਦੇ ਅਸਤ ਪਾਉਣ ਗਏ ਉੱਥੇ ਡੁੱਬ ਕੇ ਮਰਿਆ, ਉਹ ਸਾਰੀ ਉਮਰ ਕਿੱਥੇ ਰਿਹਾ? ਨਾਨਕ ਸਰੀਆਂ ਦੇ ਡੇਰੇ ਚ ਰਿਹਾ. ਔਰ ਇਸ ਗੱਲ ਚ ਕੋਈ ਝੂਠ ਨਹੀਂ ਹੈਗਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੀ ਮਾਤਾ ਸਾਰੀ ਉਮਰ ਨਾਨਕ ਸਰੀਆਂ ਦੇ ਰਹੀ ਆ, ਸਾਰੀ ਉਮਰ. ਹੁਣ ਇਹਦਾ ਮਤਲਬ ਜਦੋਂ ਉਹ ਡੇਰੇ ਚ ਰਹਿੰਦੀ ਸੀ ਤੇ ਬੱਚੇ ਉਹਦੇ ਕਿੱਥੇ ਪਲੇ? ਡੇਰੇ ਚ ਜੰਮੇ ਹੋ ਗਏ, ਉੱਥੇ ਪਲੇ ਹੋਣਗੇ, ਫਿਰ ਕੰਜਰੇ ਹੀ ਸੀਗੇ ਸਾਰੇ. ਪ੍ਰਭਦੀਪ ਦੱਸੂਗਾ ਇਹ ਤਾਂ, ਪ੍ਰਭਦੀਪ ਪੁੱਛ ਲਈ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜੇ ਡੇਰਿਆਂ ਚ ਕੰਜਰ ਪਲਦੇ ਆ. ਗੱਲ ਸਵਾਲ ਇਹ ਨਹੀਂ ਹੁੰਦਾ ਹੁੰਦਾ, ਇਹ ਤਾਂ ਤੁਹਾਡਾ ਸੁਭਾਅ ਆ ਭਾਈ. ਕਿਤੇ ਵੀ ਜਿਹੜੀ ਗਲਤੀ ਆ ਨਾ, ਕਿਤੇ ਵੀ ਹੋ ਜਾਂਦੀ ਆ, ਜੇ ਤੁਸੀਂ ਕਰੈਕਟਰ ਨਾਲ ਜੋੜਨੀ ਆ, ਕਿਰਦਾਰ ਨਾਲ ਜੋੜਨੀ ਆ. ਠੀਕ ਆ, ਤੇ ਉਹਨੂੰ ਇੱਦਾਂ ਨਹੀਂ ਤਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਆਪਣੇ ਜਿਹੜੇ ਆ ਉਹ ਜਿੰਨੇ ਮਰਜ਼ੀ ਭੈੜੇ ਸ਼ਬਦ ਆ ਉਹਨਾਂ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਸਾਬਤ ਕਰੀ ਜਾਂਦੇ ਆ, ਸਾਡੀਆਂ ਜਿਹੜੀਆਂ ਆਮ ਗੱਲਾਂ ਆ ਉਹਨਾਂ ਨੂੰ ਵੀ ਚੱਕ ਚੱਕ ਕੇ. ਨਾਲੇ ਜਿਹੜੀ ਇਹ ਗੱਲ ਕਹਿੰਦੇ ਆ ਨਾ ਵੀ ਤੁਸੀਂ ਔਰਤਾਂ ਨੂੰ ਕੁਛ ਨਹੀਂ ਕਹਿ ਸਕਦੇ ਗੇ, ਇਸ ਕਲਚਰ ਨੇ ਨਾ ਸਾਡੇ ਸਮਾਜ ਦੇ ਵਿੱਚ, ਅੱਜ ਤੁਸੀਂ ਕਢਾ ਕੇ ਦੇਖ ਲਓ, ਇੰਟਰਨੈਟ ਤੇ ਚਲੇ ਜਾਓ ਕਿਤੋਂ ਹੋਰ ਅਥੈਂਟਿਕ ਸਾਈਟ ਤੇ ਜਾ ਕੇ ਉਹਦੇ ਰੇਸ਼ੋ ਚੈੱਕ ਕਰ ਲਓ ਵੀ ਜਿਹੜੇ ਬੰਦੇ ਜਨਾਨੀਆਂ ਹੱਥੋਂ ਤੰਗ ਹੈ ਉਹਦੀ ਗਿਣਤੀ ਜ਼ਿਆਦੇ ਆ ਜਿਹੜੀਆਂ ਜਨਾਨੀਆਂ ਬੰਦੇ ਹੱਥ ਤੰਗ ਆ ਉਹਦੇ ਨਾਲੋਂ. ਅਸੀਂ ਤਾਂ ਦੱਸੀ ਦਾ ਨਹੀਂ ਉਹਨਾਂ ਦੀ ਗਿਣਤੀ ਕਿੰਨੇ ਗੁਣਾ, ਇੱਕ ਦਿਨ ਦੱਸਿਆ ਸਰਵੇ ਦੇ ਵਿੱਚ, ਉਹ ਕਹਿੰਦੇ ਇੰਨੀਆਂ ਤਾਂ ਜਿਹੜੀਆਂ ਫਾਈਲ ਹੋਈਆਂ ਰਿਪੋਰਟਾਂ ਤੇ ਜਿਹੜੇ ਬੰਦੇ ਸ਼ਰਮ ਦੇ ਮਾਰੇ ਇਹਨਾਂ ਵਰਗੇ ਫਾਈਲ ਨਹੀਂ ਕਰਦੇ ਗੇ ਵੀ ਜੇ ਇੱਦਾਂ ਕਹਿ ਤਾਂ ਅਗਲੇ ਗੱਲ ਜਨਾਨੀ ਦੇ ਲੋਕ ਗਿਆ ਬਸ ਹੈ ਇੱਦਾਂ ਕਰਕੇ. ਉਹ ਇਹ ਆਹ ਕਲਚਰ ਹੈ ਸਾਡਾ, ਆਹ ਸੁਭਾਅ ਦੇ ਵਿੱਚੋਂ ਨਿਕਲਦਾ ਵੀ ਤੁਸੀਂ ਜੇ ਜਨਾਨੀ ਹੋ ਗਈ ਨਾ ਉਹਦੇ ਕੋਲ ਅਧਿਕਾਰ. ਇੰਡੀਆ ਦੇ ਵਿੱਚ ਜਿਹੜੀਆਂ ਬਦਕਾਰ ਜਨਾਨੀਆਂ ਹੁੰਦੀਆਂ ਉਹ ਕਿਵੇਂ ਕਰਦੀਆਂ ਹੁੰਦੀਆਂ? ਉਹ ਕਬਜ਼ੇ ਲੈਣ ਵਾਸਤੇ ਰੱਖੀ, ਸਾਡੇ ਹੁੰਦੀ ਸੀ ਇੱਕ ਉੱਦਾਂ, ਉਹ ਕਬਜ਼ੇ ਲੈਣ ਵਾਸਤੇ ਰੱਖੀ. ਜਿਹੜਾ ਘਰ ਲੈਣਾ ਕਿਸੇ ਨੇ ਖਰੀਦਣਾ, ਮਕਾਨ ਮਾਲਕ ਵੇਚਦਾ ਨੀਗਾ, ਉਹ ਕਹਿੰਦਾ ਮੈਂ ਨਹੀਂ ਵੇਚਣਾ ਗਾ ਮਕਾਨ, ਮੈਨੂੰ ਮੇਰਾ ਰਹਿਣਾ ਬੜਾ ਸੋਹਣਾ, ਮੇਰਾ ਜੀ ਲੱਗਿਆ ਇੱਥੇ. ਉਹਦੇ ਗੁਆਂਢ ਦੇ ਵਿੱਚ ਉਹਨੂੰ ਕਿਰਾਏ ਤੇ ਘਰ ਲੈ ਦੇਣਾ,
ਹੁਣ ਜਿੱਥੇ ਪਤਾ ਚਲੀ ਗਈ ਉਹ ਤਾਂ ਮੁੱਲਾ ਬਣਾ ਦੂਗੀ ਪੂਰਾ ਨਰਕ ਉਹ। ਅਗਲਾ ਹਫ਼ਤੇ ਬਾਅਦ ਕਹਿ ਜਾਂਦਾ ਏਜੰਟ ਨੂੰ, ਯਾਰ ਤੇਰੇ ਕੋਲ ਗਾਹਕ ਸੀਗਾ ਨਾ ਉਹ, ਵੀ ਮੈਂ ਵੇਚਣਾ ਹੈ ਘਰ ਉਹ। ਇਸ ਕੰਮ ਨੂੰ ਰੱਖੀਆਂ ਹੁੰਦੀਆਂ ਉਹਨਾਂ ਨੇ, ਬੱਸ ਚੜ ਜਾਣ ਨਾ ਬੱਸ ਦੀ ਸੀਟਾਂ ਤੋਂ ਸਾਰੇ ਬੰਦੇ ਖੜੇ ਹੋ ਜਾਂਦੇ ਹੁੰਦੇ ਆ, ਉਹਨੂੰ ਪਤਾ ਵੀ ਜਿਹੜਾ ਬੈਠਾ ਦੇਖ ਲਿਆ ਜਿਹਦੇ ਕੋਲੇ ਖੜੀ ਹੋ ਗਈ ਉਹਨੇ ਬਹੁਤ ਹੀ ਐਸੀ ਤੈਸੀ, ਉਹਨੇ ਐਸੀ ਤੈਸੀ ਤੂੰ ਬੈਠਾ ਮਰ ਜਾਣਾ ਤੈਨੂੰ ਹੁੰਦਾ, ਉਹਨੇ ਐਸੇ ਕਸੂਤੇ ਕਸੂਤੇ ਸ਼ਬਦ ਬੋਲਣੇ ਉਹਦੇ ਵਾਸਤੇ ਵੀ ਤੂੰ ਬੈਠਾ, ਤੇਰੇ ਬੈਠੇ ਨੂੰ ਤੇਰੇ ਲੱਤਾਂ ਦੇ ਵਿੱਚ ਤੇਰੇ ਗੋਡਿਆਂ ਚ ਆਏ ਹੋਇਆ, ਮੈਂ ਜਨਾਨੀ ਖੜੀ ਹੈ ਹੈ ਸਾਡੇ ਬਹੁਤ ਲਓ, ਸਾਨੂੰ ਅਸੀਂ ਕਾਲਜ ਜਾਣਾ, ਉਹਨੂੰ ਦੇਖ ਕੇ ਸਾਰੇ ਸੀਟਾਂ ਛੱਡ ਦਿੰਦੇ ਪਹਿਲਾਂ ਹੀ ਕਰਕੇ। ਹੁਣ ਉਹਨੂੰ ਜੇ ਉਹਨੂੰ ਕੁਛ ਕਹਿਤਾ ਫਿਰ ਉਹਨਾਂ ਨੇ ਕਹਿਣਾ ਜਨਾਨੀ ਤੈਨੂੰ ਬੋਲਣ ਦੀ ਅਕਲ, ਜਨਾਨੀ ਨੂੰ ਕੀ ਕਹਿਣਾ ਤੂੰ, ਇਹ ਸਾਡਾ ਜਿੱਤ ਜੰਮੇ ਰਾਜਾਨ। ਬੰਦਾ ਇਹੋ ਜਿਹੇ ਬੰਦੇ ਜਿਹੜੇ ਹੈਗੇ ਆਹ ਹਰੀਕੇ ਅਰਗੇ, ਇਹ ਨਾਲ ਦੇ ਸਰਪੰਚ ਖੜੇ ਹੋ ਜਾਂਦੇ ਉਦੋਂ, ਇਹਨਾਂ ਨੂੰ ਕੱਖ ਨੀ ਪਤਾ ਹੁੰਦਾ ਹੈਗਾ। ਆਪਦੀ ਬੀਬੀ ਨੂੰ ਨੀ ਸਮਝਾਇਆ ਉਹਨੂੰ ਜਿਹੜੀ ਕਹਿੰਦੀ ਛਿੱਤਰਾਂ ਦੇ ਘਾਟੇ ਇਹਨਾਂ ਨੂੰ ਸਾਡੇ, ਅਕਲ ਤਾਂ ਆ ਗਈ ਉਹਨੂੰ, ਮੁੜ ਕੇ ਤਾਂ ਨੀ ਪੰਗਾ ਘਰਦਿਆਂ ਨੇ ਕਿਹਾ ਹੋਣਾ ਵੀ ਮਾਤਾ ਕਰਕੇ ਤੂੰ ਰਹਿਣ ਦੇ, ਇੱਦਾਂ ਕਰਕੇ ਜਖੜਾ ਪਟਾਉਣ ਲੱਗੀਆਂ। ਸਾਨੂੰ ਕਲਚਰ ਤੋੜਨਾ ਪੈਣਾ, ਅਸੀਂ ਨੀ ਇਸ ਕਲਚਰ ਦੇ ਹੱਕ ਦੇ ਵਿੱਚ, ਕੋਈ ਬੰਦਾ ਇਹਨੂੰ ਮੰਨੇ ਨਾ ਮੰਨੇ, ਜਿਹੜਾ ਨਹੀਂ ਮੰਨਦਾ ਹੈਗਾ ਉਹ ਆਪਦੇ ਤਰੀਕੇ ਨਾਲ ਜ਼ਿੰਦਗੀ ਜੀਵੇ। ਅਸੀਂ ਨੀ ਕਹਿੰਦੇ ਵੀ ਇਹ ਕਲਚਰ ਹੈਗਾ, ਭਾਵਾਂ ਬੰਦਾ ਭਾਵਾਂ ਜਨਾਨੀ ਹੈ, ਜਿਹੜਾ ਬੰਦਾ ਗਲਤ ਕਰਦਾ ਉਹਨੂੰ ਕਹਿਣਾ ਚਾਹੀਦਾ, ਟੋਕਣਾ ਚਾਹੀਦਾ ਉਹਨੂੰ। ਪ੍ਰਭਦੀਪ ਨੂੰ ਬੇਨਤੀ ਆ, ਪ੍ਰੋਫੈਸਰ ਦਰਸ਼ਨ ਸਿੰਘ ਦੀ ਲਿਖੀ ਹੋਈ ਜੀਵਨੀ ਪੜ੍ਹ ਲਵੇ ਜੀ, ਉਹਨੂੰ ਉਹ ਚ ਲਿਖਿਆ ਆ ਵੀ ਮੈਨੂੰ ਲਗਨ ਨਾਨਕਸਰ ਤੋਂ ਲੱਗੀ ਆ, ਇਹਦਾ ਮਤਲਬ ਉੱਥੇ ਦਾ ਪਾਲਿਆ ਹੋਇਆ, ਜਿਹੜਾ ਡੇਰੇ ਦਾ ਪਾਲਿਆ ਕੰਜਰ ਆ। ਉਹ ਤਾਂ ਇੱਕ ਬਾਬੇ ਨੇ ਇੱਕ ਬੜਾ ਏਦਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਉੱਤੇ ਪੂਰੀ ਵੀਡੀਓ ਕੱਢੀ ਹੈ, ਹੁਣ ਮੈਨੂੰ ਚੇਤੇ ਨੀ ਆ ਰਿਹਾ ਕਿਹਨੇ ਕੱਢੀ ਹੈ ਇਹ, ਵੀ ਇਹਦੀ ਮਾਂ ਮੇਰੇ ਕੋਲ ਰਹਿੰਦੀ ਰਹੀ ਹੈ ਤੇ ਇਹ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਦੇ ਮਿਲਣ ਨੀ ਜਾਂਦਾ ਸੀਗਾ, ਉਹ ਰੋਂਦੀ ਹੁੰਦੀ ਸੀਗੀ ਏਦਾਂ ਕਰਕੇ ਉਹ ਇੱਥੋਂ ਆ ਕੇ ਬੜ ਕੇ ਨਿਕਲ ਗਿਆ ਇੱਥੇ, ਸਾਡੇ ਬਾਬੇ ਨੇ ਜਿਹੜੀ ਹੈ ਪਤਾ ਨੀ ਕਿਹੜੇ ਬਾਬੇ ਦਾ ਨਾਂ ਲੈਂਦਾ ਹੁੰਦਾ ਸੀਗਾ ਵੀ ਉਸ ਬਾਬੇ ਨੇ ਏਦਾਂ ਏਦਾਂ ਕੀਤਾ, ਏਦਾਂ ਪਾਲੀ ਰੱਖਿਆ ਆਪਦੇ ਕੋਲੇ, ਇਹ ਬੰਦਾ ਹੀ ਨੇ ਉਹਦਾ ਪਤਾ ਲੈਣ ਤੱਕ ਨੀ ਜਾਂਦਾ ਹੁੰਦਾ ਸੀ ਬਾਅਦ ਦੇ ਵਿੱਚ, ਹੁਣ ਇਹ ਉਹ ਬੰਦੇ ਆ ਇਹ। ਨਹੀਂ ਰੌਲਾ ਪਾਉਣਾ ਪਾ ਲਓ ਤੁਸੀਂ ਜਿੱਥੇ ਤਾਈ ਮਰਜ਼ੀ ਭੱਜ ਲਿਓ, ਠੀਕ ਆ, ਸਾਨੂੰ ਤਾਂ ਅਸੀਂ ਤਾਂ ਇਹ ਉਡੀਕਦੇ ਹਾਂ ਵੀ ਤੁਸੀਂ ਕਿਤੇ ਜੈਨੂਅਨ ਤਰੀਕੇ ਨਾਲ ਗੱਲ ਕਰ ਲਓ। ਆਪਾਂ ਪ੍ਰਭਦੀਪ ਸੁਣਨਾ ਯਾਰ, ਮਨੋਰੰਜਨ ਦਾ ਸਾਡਾ ਰਹਿ ਜਾਣਾ, ਇਹਨੂੰ ਪਹਿਲਾਂ ਇਹਨੂੰ ਕਰੀਏ, ਦੇਖੀਏ ਇਹਦੇ ਵਿੱਚ ਕੀ ਹੈ, ਮਿੰਟ ਕਰਿੰਦਾ ਜੀ ਇਹਨੂੰ ਉਹ ਜਿਹੜਾ ਸਟਰਕਚਰ ਇਹਨਾਂ ਨੇ ਖੜਾ ਕੀਤਾ ਸੀ ਉਹਨੂੰ ਕਿਵੇਂ ਛੱਡਣ, ਚਿਮਟਾ ਹੋ ਗਿਆ, ਢੋਲਕੀ ਹੋ ਗਈ, ਧਾਰਨਾ ਹੋ ਗਈਆਂ, ਸ਼ਬਦ ਦੇ ਪੜਨ ਲੱਗ ਗਏ। ਹੁਣ ਭਾਈ ਰਣਜੀਤ ਸਿੰਘ ਦੀ ਇੱਕ ਫੋਟੋ ਵਾਇਰਲ ਹੋਈ ਸੀ, ਤਾਂ ਤੇਰੇ ਲੱਗਦੇ ਨੇ ਛੱਡ ਦੇਣਾ ਫੇਰ ਕੀ ਕਰੂੰਗਾ, ਇਹ ਬੰਦੇ ਇਹ ਨਹੀਂ ਸੋਚਦੇ। ਜਿਹੜੀ ਸਟੇਟਮੈਂਟ ਦਿੰਦੇ ਆ ਨਾ ਦੇਖੋ, ਉਹ ਜਾਣੀ ਸਾਲ ਦੋ ਸਾਲ ਚਾਰ ਸਾਲ ਲਈ ਤਾਂ ਵੈਲਿਡ ਹੋਣੀ ਚਾਹੀਦੀ ਹੈ ਨਾ, ਨਹੀਂ ਤਾਂ ਦੂਰ ਅੰਦੇਸ਼ੀ ਤਾਂ ਤੁਹਾਡੀ ਤਾਂ ਆ ਵੀ ਲੰਬੇ ਟਾਈਮ ਤੱਕ ਯਾਦ ਰਹੇ ਤੁਹਾਡੀ ਗੱਲ, ਹੈਨਾ ਵੀ ਤੁਸੀਂ ਇੱਦਾਂ ਹੁਣ ਸਟੇਟਮੈਂਟ ਦੇ ਰਿਹਾ ਤੂੰ, ਜੇ ਭਲਕੇ ਨੂੰ ਉਹਨੇ ਛੱਡ ਦਿੱਤਾ ਉਹ ਕਲਚਰ ਫਿਰ ਬੋਲਣੀ ਗੁਰਮਤ ਹੈ, ਪਰ ਜੇ ਤੁਸੀਂ ਨਾਲ ਚਿਮਟਾ ਵਜਾਤਾ ਤਾਂ ਮਾਈਕਾਂ ਦੇ ਥਰੂ ਮਨਮਤ ਬਣ ਜਾਂਦੀ ਆ। ਨਹੀਂ ਇਹ ਵੀ ਦੱਸੋ ਜੀ, ਚਲੋ ਸਰੋਤਿਆਂ ਚ ਕੋਈ ਬੰਦਾ ਸਾਨੂੰ ਇਹ ਦੱਸੇ ਭਾਈ ਜਿਹੜਾ ਹਾਰਮੋਨੀਅਮ ਤੇ ਤਬਲਾ ਆ ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕਿਤੇ ਵੀ ਗੁਰਮਤ ਦੇ ਸਾਜ ਆ, ਗੁਰੂ ਸਾਹਿਬ ਨੇ ਇੱਦਾਂ ਕਿਹਾ ਸੀ। ਕੀਰਤਨ ਦੇ ਅਰਥ ਇਹ ਤੁਸੀਂ ਕਿੱਦਾਂ ਕਰ ਲਿਆ ਵੀ ਗਾਉਣਾ ਆ, ਕੀਰਤਨ ਦੇ ਅਰਥ ਗਾਉਣਾ ਕਿੱਥੋਂ ਕਰ ਲਿਆ ਅਸੀਂ, ਬਸ ਉਹ ਮਰਾਸੀਆਂ ਨੇ ਲਿਆ ਕੇ ਆਪਣਾ ਜੋ ਦੁਕਾਨਾਂ ਚਲਾਉਣੀਆਂ ਸੀਗੀਆਂ, ਠੀਕ ਆ, ਉਹ ਲਿਆ ਕੇ ਸਾਡੇ ਸਿਰ ਮੜ ਦਿੱਤਾ ਸਾਰਾ ਕੁਛ, ਬਿਲਕੁਲ ਦੇ ਉੱਤੇ ਬੈਠੇ ਹੋਏ ਨੇ ਉਹ ਲੰਬਾ ਤਾਣ ਭਰਾ ਹੁੰਦਾ, ਉਹਦੇ ਚ ਚਾਰ ਸੁਰਾਂ ਹੁੰਦੀਆਂ ਨੇ, ਇੱਕ ਸੁਰ ਪਹਿਲੇ ਸਾ ਤੇ ਸੁਰ ਕੀਤੀ ਜਾਂਦੀ ਹੈ, ਫਿਰ ਪਾ ਤੇ ਸੁਰ ਕੀਤੀ ਜਾਂਦੀ ਹੈ, ਫਿਰ ਉਹਨੂੰ ਸਾ ਤੇ ਮਿਲਾਇਆ ਜਾਂਦਾ, ਚਾਰ ਤਾਰਾਂ ਹੁੰਦੀਆਂ ਨੇ, ਉਹਨਾਂ ਚਾਰਾਂ ਤਾਰਾਂ ਨੂੰ ਮਿਲਾਇਆ ਜਾਂਦਾ ਤੇ ਉਹਨੂੰ ਸੱਜੇ ਗੋਡੇ ਉੱਪਰ ਰੱਖ ਕੇ ਤੇ ਸੱਜੇ ਹੱਥ ਦੀ ਦੂਸਰੀ ਉਂਗਲ ਤੇ ਪਹਿਲੀ ਉਂਗਲ ਦੇ ਨਾਲ ਉਹਦੀਆਂ ਸਟ੍ਰਿੰਗ ਜਿਹੜੀਆਂ ਨੇ ਉਹ ਵਜਾਈਆਂ ਜਾਂਦੀਆਂ ਨੇ ਤਾਂ ਕਿ ਉਹਦੇ ਵਿੱਚੋਂ ਕੰਟੀਨਿਊਲੀ ਇੱਕ ਆਵਾਜ਼ ਨਿਕਲ ਸਕੇ, ਤੁਹਾਨੂੰ ਪਾ ਤੇ ਸਾ ਦੀ ਸੁਰ ਮਿਲ ਸਕੇ ਤਾਂ ਕਿ ਤੁਸੀਂ ਰਾਗ ਗਾ ਸਕੋ। ਤੁਸੀਂ ਵੀਡੀਓਜ਼ ਦੇ ਵਿੱਚ ਯੂਟਿਊਬ ਤੇ ਵੇਖ ਸਕਦੇ ਹੋ। ਪਰ ਕਿਸੇ ਨੇ ਢੰਡਰੀ ਵਾਲੇ ਨੂੰ ਇਹ ਨਹੀਂ ਦੱਸਿਆ ਵੀ ਗੋਦੀ ਵਿੱਚ ਰੱਖ ਕੇ ਤਾਨਪੁਰੇ ਵੱਲ ਨੂੰ ਮੂੰਹ ਕਰਕੇ ਤੇ ਖੱਬੇ ਹੱਥ ਨਾਲ ਕਦੇ ਤਾਨਪੁਰਾ ਨਹੀਂ ਵੱਜਦਾ ਹੁੰਦਾ। ਅਗਲਾ ਖੱਬੂ ਅਗਲਾ ਖੱਬੇ ਹੱਥ ਨਾਲ ਵਜਾਊਗਾ ਉਹਦੇ ਚ ਕੀ। ਨਾਲੇ ਦੇਖੋ ਇਹ ਫੋਟੋ ਹੁਣ ਦੇਖੀ ਹੈ ਇਹਨੇ, ਜਦੋਂ ਮੋਗੀ ਵਾਲਿਆਂ ਨੇ ਕਹਿਤਾ ਤੇ ਸਾਰੇ ਪਾਸੇ ਰੋਲੀ ਪੈ ਗਈ, ਹੁਣ ਸਾਰੇ ਪਾਸੇ ਇਹਨਾਂ ਨੂੰ ਪਤਾ ਲੱਗ ਗਿਆ ਨੇ, ਹੁਣ ਬਹੁਤ ਸਾਰਾ ਬੰਦੇ ਇਕੱਠੇ ਹੋ ਗਏ ਹੈ ਵੀ ਲਾਹਾ ਲਾਵਾਂ ਜਾ ਕੇ ਮੈਂ ਕਿਤੋਂ ਨਾ ਕਿਤੋਂ ਆਪਣਾ, ਇਹਨਾਂ ਦਾ ਕੰਮ ਹੀ ਇਹ ਜਾਂਦਾ ਸੀ ਤਾਂ ਮੰਗ ਖਾਣੇ ਕਹੀਦਾ ਇਹਨਾਂ ਨੂੰ। ਹੁਣ ਜੇ ਕੋਈ ਬੰਦਾ ਸ਼ੱਕ ਹੋਵੇ ਵੀ ਇਹਨਾਂ ਨੂੰ ਮੰਗ ਖਾਣੇ ਕਿਉਂ ਕਿਹਾ ਜਾਂਦਾ, ਇੱਥੋਂ ਪਤਾ ਲੱਗ ਜਾਂਦਾ। ਸਾਡੇ ਕੋਲ ਤਾਂ ਬਹੁਤ ਲੰਬੀ ਲਿਸਟ ਆ ਜੀ, ਗਾਹਾਂ ਆਪਾਂ ਦੱਸਾਂਗੇ ਵੀ ਕਿਉਂ ਕਿਉਂ ਕਹਿੰਦੇ ਆ। ਚੀਜ਼ ਬਚਾਉਣੀ ਕਿ ਤੁਸੀਂ ਕੀਰਤਨ ਤੇ ਕਰਦੇ ਹੋ ਪਰ ਇਹ ਕੀਰਤਨ ਨਹੀਂ ਜਿਹੜਾ ਤੁਸੀਂ ਕਰ ਰਹੇ ਹੋ, ਇਸ ਕੀਰਤਨ ਦੀ ਰੂਪ ਰੇਖਾ ਵੀ ਸਿਧਾਂਤਕ ਕਰੋ। ਸੋ ਇਹ ਮੈਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੋਇਆ ਕਿ ਜੇ ਅਸੀਂ ਬਦਲਣਾ ਹੀ ਚਾਹੁੰਦੇ ਹਾਂ
ਤੇ ਅਸੀਂ ਕਿਸੇ ਉਸ ਬੰਦੇ ਦੇ ਥਰੂ ਬਦਲਣਾ ਚਾਹੁੰਦੇ ਆ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮਾਂ ਭੈਣ ਧੀ ਭੈਣ ਦੇ ਜਾਂ ਸਿੱਖ ਸਮਾਜ ਦੇ ਅੰਦਰ ਧੀ ਦਾ ਭੈਣ ਦਾ ਔਰਤ ਦਾ ਕਿੰਨਾ ਕੁ ਵੱਡਾ ਸਤਿਕਾਰ ਕੀਤਾ ਗਿਆ ਉਹਨੂੰ ਅਸੀਂ ਬਿਠਾ ਕੇ ਵਿੱਚ ਤੇ ਕਹਿੰਦੇ ਆ ਵੀ ਜੇ ਚੌਥੀ ਧਿਰ ਅੱਗੋਂ ਕਿਹਾ ਇਹ ਜਾਂਦਾ ਹੈ ਜਿਹੜਾ ਬੰਦੇ ਨੇ ਰੇਡੀਓ ਦੇ ਉੱਤੋਂ ਭਾਈ ਪੰਤਪ੍ਰੀਤ ਸਿੰਘ ਹੋਣਾ ਨੂੰ ਤੇ ਢੰਡਰੀ ਭਾਈ ਪੰਤਪ੍ਰੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਇਹ ਸ਼ਬਦਾਵਲੀ ਵਰਤੀ ਹੈ ਕਿ ਇਹ ਬੰਦੇ ਅਗਰ ਨਿਊਜ਼ੀਲੈਂਡ ਦੇ ਵਿੱਚ ਆਉਂਦੇ ਨੇ ਤੇ ਇਸ ਵਾਰੀ ਸਾਡੀ ਸੰਗਤ ਇਹਨਾਂ ਨੂੰ ਬਹੁਤ ਵੱਡੇ ਸਤਿਕਾਰ ਨਾਲ ਤੋਰੇਗੀ ਭਾਵ ਕਿ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਇਹਨਾਂ ਦੀ ਨਿਰਾਦਰੀ ਕੀਤੀ ਜਾਏਗੀ ਸਟੇਟਮੈਂਟ ਕਿਹਨੇ ਦਿੱਤੀ ਆ ਕਿੱਥੇ ਦਿੱਤੀ ਆ ਭਲਾ ਮਤਲਬ ਜਦੋਂ ਅਸੀਂ ਨਿਊਜ਼ੀਲੈਂਡ ਚ ਰਹਿੰਦੇ ਆ ਸਾਨੂੰ ਪਤਾ ਭੀ ਜੇ 22 ਗੁਰਦੁਆਰੇ ਆ ਤੇ ਉਹ ਚ 21.5 ਗੁਰਦੁਆਰੇ ਸਾਡਾ ਵਿਰੋਧ ਕਰਨੇ ਵਾਲੇ ਆ ਹੈ ਕਿ ਨਹੀਂ ਤੇ ਜਿਸ ਬੰਦੇ ਦਾ ਅਸੀਂ ਵਿਰੋਧ ਕਰਾਂਗੇ ਉਹ ਇਹ ਤਾਂ ਕਿੰਨੇ ਸਾਲਾਂ ਤੋਂ ਪੈਮਾਨਾ ਅਸੀਂ ਲਾ ਕੇ ਬੈਠੇ ਆ ਤੇ ਜਿਸ ਬੰਦੇ ਦਾ ਵਿਰੋਧ ਕਰ ਦੇਈਦਾ ਜਿਹਦੀ ਕੋਈ ਵੀਡੀਓ ਆਡੀਓ ਚਲਾ ਦੇਈਦੀ ਆ ਉਹਨੂੰ ਫਟਾਫਟ ਉਹ ਸੱਦ ਲੈਂਦੇ ਆ ਤੇ ਅਸੀਂ ਇਦਾਂ ਕਿੱਦਾਂ ਕਰ ਸਕਦੇ ਕਹਿ ਸਕਦੇ ਮੈਂ ਇੰਨਾ ਕਮਲਾ ਆ ਜਾਣੀ ਧੁੰਦਾ ਜੀ ਇੱਥੇ ਇਸ ਤਰ੍ਹਾਂ ਅਨਾਊਂਸਮੈਂਟ ਇਹ ਕੀਤੀ ਹੈ ਭਾਈ ਸੁਣਨ ਜਾਓ ਜਿਹਨੇ ਜਾਣਾ ਅਸੀਂ ਉਹਨਾਂ ਪ੍ਰਬੰਧਕਾਂ ਨੂੰ ਪੁੱਛਿਆ ਜਦੋਂ ਜਿਹਨਾਂ ਨੇ ਸੱਦਣਾ ਸੀ ਭੀ ਜਦੋਂ ਪੰਥਪ੍ਰੀਤ ਸਿੰਘ ਨੂੰ ਸੱਦਣਾ ਆ ਸਾਨੂੰ ਦੱਸ ਦਿਓ ਇਹ ਨਾ ਹੋਵੇ ਅਸੀਂ ਧੁੰਦਾ ਜੀ ਆਏ ਤੇ ਅਸੀਂ ਲੰਗਰ ਦੇਣਾ ਸੀ ਐਤਵਾਰ ਦਾ ਅਗਸਤ ਦਾ ਆਖਰੀ ਹਫਤਾ ਜਿਹੜਾ ਆ ਨਾ ਉਦੋਂ ਸਿੰਘ ਸਭਾ ਦੀ ਓਪਨਿੰਗ ਹੁੰਦੀ ਆ ਲੰਗਰ ਆਪਾਂ ਕਰਦੇ ਹੁੰਦੇ ਆ ਤੇ ਉਹ ਲੰਗਰ ਜਾਣੀ 20-27 ਜਾਂ 4 ਸਤੰਬਰ ਨੂੰ ਹੋ ਸਕਦਾ ਸੀ ਏਦਾਂ ਤੇ ਉਹ ਮੈਂ ਪੁੱਛਿਆ ਅਦਲਜੀਤ ਸਿੰਘ ਨੂੰ ਪਹਿਲਾਂ ਭੀ ਭਾਈ ਕਿੰਨੀ ਤਰੀਕ ਤੱਕ ਉਹ ਇੱਥੇ ਹੋਣਾ ਆ ਭੀ ਜੇ ਉਹਨੂੰ 20 ਤੱਕ ਸੀਗਾ ਪਤਾ ਨੀ ਏਦਾਂ ਕੁਛ ਭੀ ਜੇ ਉਹਨੇ ਇੱਕ ਹਫਤਾ ਹੋਰ ਰਹਿਣਾ ਤਾਂ ਅਸੀਂ ਹਫਤਾ ਲੇਟ ਕਰ ਲਈਏ ਠੀਕ ਤਾਂ ਕਿ ਅਗਲੇ ਨੂੰ ਇਹ ਨਾ ਲੱਗੇ ਵੀ ਜਿੱਦ ਦੇ ਵਿੱਚ ਇਹ ਕਰਦੇ ਆ ਵੀ ਲੋਕਾਂ ਨੂੰ ਤੋੜਨਾ ਚਾਹੁੰਦੇ ਆ ਜਾਣੀ ਪਰ ਆਪਣੀ ਮਰਜ਼ੀ ਦੇ ਨਾਲ ਤੁਸੀਂ ਅਰਥ ਕੱਢਣੇ ਆ ਭਾਈ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ ਹਾਂਜੀ ਗੁਰੂ ਫਤਿਹ ਜੀ ਇਹਨਾਂ ਵੇਲੇ ਪੁੱਛੋ ਵੀ ਜਿਹੜੇ ਉਹ ਆਪਣੇ ਇੱਛਰ ਵਾਲਾ ਆਪਣੇ ਦੂਜੇ ਰਾੜਾ ਸਾਹਿਬ ਵਾਲੇ ਜਿਹਦਾ ਦੂਜੇ ਉਹਨਾਂ ਤੇ ਚਲੇ ਕਿੰਤੂ ਪ੍ਰਾਂਤ ਨੂੰ ਕੀਤਾ ਇਹਨਾਂ ਲੋਕਾਂ ਨੇ ਉਹ ਕਰਨ ਬੋਲੇ ਇਹਨਾਂ ਨੇ ਜਾਂ ਇਹਦਾ ਹੁਣ ਕੋਈ ਵੀ ਹੋਰ ਵੀ ਕਿੰਨੀਆਂ ਸੰਸਥਾ ਬਣੀਆਂ ਹੈ ਉਹਨਾਂ ਬਾਰੇ ਕਹੇ ਸਿੱਧੀ ਗੱਲ ਤੁਸੀਂ ਕਹੋਗੇ ਫਿਰ ਉਹਨੇ ਕਹਿਣਾ ਸਾਡਾ ਕਰੈਕਟਰ ਅਸੈਸੀਨੇਸ਼ਨ ਕਰਦੇ ਹੋ ਤੁਸੀਂ ਫਿਰ ਕਹਿਣਾ ਸਾਨੂੰ ਤੁਸੀਂ ਜੇ ਤੁਸੀਂ ਇੰਨੀ ਗੱਲ ਪੁੱਛ ਲਈ ਤਾਂ ਤੁਹਾਨੂੰ ਕਹਿਣਾ ਵੀ ਇਹ ਰੇਡੀਓ ਦੇ ਜਿਹੜੇ ਬੰਦੇ ਆ ਸਾਨੂੰ ਗਾਲਾਂ ਕੱਢਦੇ ਆ ਤੁਸੀਂ ਨੀ ਨਾ ਕੱਢੀ ਅਗਲੇ ਤਾਂ ਇੱਦਾਂ ਹੀ ਕਹਿਣਗੇ ਨਾ ਜੇ ਤੁਸੀਂ ਇੱਦਾਂ ਪੁੱਛੋਗੇ ਹਲਾ ਦੇਂਗੇ ਸਟੈਂਡ ਤਾਂ ਲਾ ਦੇ ਬੜਬੜਿਆਂ ਦੇ ਲਾ ਦੇ ਅਸੀਂ ਅਸੀਂ ਕੱਲ ਬੈਠੇ ਸਪਰਿੰਗ ਢਿੱਲੇ ਕਰਨ ਨੂੰ ਬੈਠੇ ਅਕਲ ਵਾਲੇ ਬੰਦੇ ਜਿਹੜੇ ਆ ਉਹ ਢੱਡਰੀ ਵਾਲੇ ਨੂੰ ਸੁਣਨ ਲੱਗ ਪਏ ਜਿੰਨੇ ਸਿਆਣੇ ਬੰਦੇ ਆ ਨਾ ਜਿਨ੍ਹਾਂ ਚ ਥੋੜਾ ਬਹੁਤਾ ਦਿਮਾਗ ਹੈਗਾ ਆ ਉਹ ਸੁਣ ਲੱਗ ਪਏ ਆਪਣੀ ਮੌਤ ਹੱਥ ਦੇ ਉੱਤੇ ਰੱਖ ਲਈ ਆਲਰੇਡੀ ਮਾਰਨਾ ਮਾਰ ਪਈ ਮਾਰਨਾ ਮਾਰ ਪਈ ਜਿਹੜੀ ਗੱਲ ਕਹਿਣੀ ਕਹਿ ਦੇਣੀ ਮੈਂ ਚਾਹੇ ਏਜੰਸੀ ਕਹਿਣ ਚਾਹੇ ਏਜੰਟ ਚੋ ਮਰਜ਼ੀ ਕਹਿਣ ਚੋ ਇਹ ਨੀ ਕਹਿਣਾ ਕਹੀ ਜਾ ਪਰ ਕਹਿਣਾ ਮਨ ਇਹ ਜਿੱਥੇ ਉੱਪਰ ਗਏ ਇਹ ਜੀਰੋ ਤੇ ਆ ਗਿਆ ਨਾ ਸਾਰੇ ਹੀ ਉਹ ਪ੍ਰੋਫੈਸਰ ਸਿੰਘ ਚੋ ਨੀ ਉਹਦੇ ਬਰਾਬਰ ਕੋਈ ਨਾ ਕੋਈ ਆਪਣੀ ਕੋਈ ਟੀਚਰ ਕੱਢੇ ਕੋਈ ਵਿਆਖਿਆ ਕੱਢੇ ਉਹਦਾ ਨੀ ਉਹਦੇ ਬਰਾਬਰ ਫਿਰ ਮੰਨੀਏ ਬਾਕੀ ਕੁਛ ਕਰ ਰਹੇ ਚੁੱਪ ਕਰਕੇ ਸਾਰੇ ਬਦਲ ਗਿਆ 3 ਘੰਟੇ ਏਅਰਪੋਰਟ ਤੇ ਆਇਆ ਹੋਗਾ ਦੁਨੀਆ ਤਾਂ ਬਦਲ ਨੀ ਰਹੀ ਹੈ ਤੇਰੇ ਕਰਕੇ ਪਰ ਤੂੰ ਆ ਖੁਦ ਨੀ ਬੋਲ ਰਿਹਾ ਹੁਣ ਜੇ ਸੱਚ ਬੋਲਣ ਦਾ ਟਾਈਮ ਆਇਆ ਲੱਗ ਜਾਣਾ ਪੰਥਪ੍ਰੀਤ ਸਿੰਘ ਕਹਿੰਦਾ ਕਿਰਪਾਲ ਸਿੰਘ ਬਠਿੰਡੇ ਵਾਲੇ ਨੇ ਲਿਖਿਆ ਉਹ ਕਹਿੰਦਾ ਵੀ ਭਾਈ ਰਣਜੀਤ ਸਿੰਘ ਮੇਰੇ ਤੇ ਅਟੈਕ ਹੋਏ ਤੇ ਬੋਲੇ ਨੀ ਕੁਛ ਇਹ ਵੀ ਮਾਮਾ ਤੂੰ ਤਾਂ ਆਪ ਨੀ ਬੋਲਿਆ ਤੇਰੇ ਤੇ ਅਟੈਕ ਹੋਇਆ ਉਹਨੇ ਕੀ ਬੋਲਣਾ ਦੱਸ ਤੂੰ ਤਾਂ ਆਪ ਘੁੱਗੂ ਬਣ ਗਿਆ ਤੂੰ ਕਹੀ ਗਿਆ ਅੱਛਾ ਮੈਨੂੰ ਨੀ ਪਤਾ ਬਾਹਰ ਕੀ ਹੁੰਦਾ ਸੀਗਾ ਹੁਣ ਕਿਸੇ ਤੋਂ ਤੁਸੀਂ ਕਿੱਦਾਂ ਆਸ ਕਰ ਸਕਦੇ ਹੋ ਤੁਸੀਂ ਇਹ ਕਹਿੰਦੇ ਹੋ ਵੀ ਟਕਸਾਲੀਆਂ ਨਾਲ ਸਿਰਫ ਉਹੀ ਕੱਲਾ ਸਿਰਫ ਸਹੀ ਰੱਖੇ ਅਸੀਂ ਨੀ ਅਸੀਂ ਤਾਂ ਕਹਿਣਾ ਸਾਡੇ ਭਰਾ ਹੈ ਸਾਡੇ ਭਰਾ ਹੈ ਉਹ
ਦੂਜੀ ਲਾਈਨ ਤੇ ਸਰੋਤੇ ਆ, ਥੈਂਕ ਯੂ। ਹਾਂਜੀ 0108 ਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਜਿਵੇਂ ਕਿਹਾ ਸੀਗਾ ਕਾਲਮਾਨ ਰੋਡ ਤੇ ਮਨਮਤ ਕੀ ਕਿਹੜੀ ਕਿਹੜੀ ਮਨਮਤ ਹੁੰਦੀ ਸੀ ਦੱਸ ਸਕਦੇ ਹੋ? ਦਵਿੰਦਰ ਸਿੰਘ ਸੋਢੀ ਆਉਂਦਾ ਨਹੀਂ, ਮਤਲਬ ਮੈਨੇਜਮੈਂਟ ਜਿਹੜੀ ਕੋਈ ਮਤਲਬ ਆਪਣੀ ਕਮੇਟੀ ਤੋਂ ਬਗੈਰ, ਮਤਲਬ ਚਲੋ ਕਮੇਟੀ ਤਾਂ ਹੈ ਜਿੱਦਾਂ ਦੀ ਸਰ ਪਤਾ ਹੀ ਆ ਉਹ ਤਾਂ ਪ੍ਰਚਾਰਕ ਕੀ ਕੀ ਮਨਮਤ ਹੁੰਦੀ ਹੈ? ਨਹੀਂ ਨਹੀਂ ਪ੍ਰਚਾਰਕ ਵੀ ਇੱਦਾਂ ਦੇ ਹੁੰਦੇ, ਕਮੇਟੀ ਵੀ ਤੁਸੀਂ ਕਹਿੰਦੇ ਜਿੱਦਾਂ ਦੀ ਹੈਗੀ ਹੈਗੀ, ਫਿਰ ਰਹਿ ਕੀ ਗਿਆ ਵਿਚਾਲੇ ਕੀ ਰਹਿ ਗਿਆ? ਮਨਮਤ ਹੋਰ ਗੁਰਦੁਆਰਾ ਠੀਕ ਹੁੰਦਾ, ਹੋਰ ਲੰਗਰ ਠੀਕ ਹੁੰਦਾ ਉੱਥੇ, ਉਹ ਇਕੱਲਾ ਜਿਹਾ ਉਹ ਤੁਸੀਂ ਕਾਨ ਉੱਦਾਂ ਤੁਹਾਨੂੰ ਪਤਾ ਹੀ ਆ ਜਾਣੀ ਭੰਗੜੇ ਵੀ ਉੱਥੇ ਪੈਂਦੇ ਰਹੇ ਆ ਤੁਸੀਂ ਗੁਰਦੁਆਰੇ ਦੇ ਅੰਦਰ ਥੋੜਾ ਭੰਗੜੇ ਪੈਂਦੇ, ਥੱਲੇ ਪੰਜਾਬੀ ਭਵਨ ਬਣਿਆ ਸੀਗਾ ਉਹ ਨਾਲ ਹੀ ਸੀਗਾ, ਪਤਾ ਤਾਂ ਤੁਹਾਨੂੰ ਸਾਰਾ ਹੀ ਆ। ਆਮ ਤੌਰ ਤੇ ਅੱਜ ਕੱਲ ਦੀ ਗੱਲ ਮੈਂ ਕਰਦਾ ਵੈਸੇ, ਸੌਰੀ ਅੱਜ ਕੱਲ, ਚਲੋ ਅੱਜ ਕੱਲ ਹੁਣ ਅਸੀਂ ਅਪਡੇਟ ਕਰ ਲਵਾਂਗੇ ਠੀਕ ਆ। ਥੈਂਕ ਯੂ। ਬੰਦੇ ਉਦਾਂ ਸ਼ਰੀਫ ਆ ਬੰਦੇ ਵਿਚਾਰੇ, ਹਨਾ ਭੋਲੇ ਆ, ਭੋਲੇ ਆ, ਭੋਲੇ ਆ, ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਉਹ ਗੱਲ ਉਦਾਂ ਗੁੱਸਾ ਕਰ ਜਾਂਦੇ ਵੀ ਮਨ ਛੇਤੀ ਜਾਂਦੇ। ਕਮੇਟੀ ਤਾਂ ਪਤਾ ਹੀ ਹੈ ਕਹਿੰਦੇ ਜਿਹੋ ਜੀ ਹੈਗੀ ਆ, ਪ੍ਰਚਾਰਕ ਵੀ ਉਹੋ ਜਿਹੇ ਆਉਂਦੇ ਸਾਨੂੰ ਪਤਾ ਹੀ ਹੈ। ਮਤਲਬ ਮਨਮਤ ਕੀ ਹੁੰਦੀ ਬੰਦਾ, ਸਾਡੇ ਬਹੁਤੇ ਬੰਦੇ ਪਤਾ ਕੀ ਕਰਦੇ, ਪ੍ਰਭਦੀਪ ਹੁਣੀ ਵੀ ਇਦਾਂ ਹੀ ਆ, ਜਦੋਂ ਸਵਾਲ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਉਹ ਕਹਿੰਦੇ ਆ ਵੀ ਜਦੋਂ ਮੈਂ ਆਹ ਸਵਾਲ ਕਰੂੰਗਾ ਨਾ ਉਹ ਇਹ ਜਵਾਬ ਦਊਗਾ, ਉਹਦੇ ਵਿੱਚੋਂ ਫਿਰ ਮੈਂ ਆਹ ਸਵਾਲ ਕਰੂੰਗਾ ਹਨਾ, ਫਿਰ ਫਸ ਜਾਣਾ। ਉਹ ਸੀਗਾ ਸੰਨਿਆਸੀ ਜਿਹੜਾ ਨਾ, ਜਿਹਦਾ ਦੀਵਾ ਮੋਹਰਿਓ ਨਿਆਣੇ ਨੇ ਜੋਤ ਬੁਝਾ ਦਿੱਤੀ ਸੀ, ਕਹਿੰਦਾ ਗਈ ਕਿੱਥੇ ਇਹ ਦੱਸ ਜਾਣੀ, ਇਹ ਪੰਗਾ ਪੈਂਦਾ ਇਹਨਾਂ ਨੂੰ। ਅੱਛਾ ਟਾਈਮ ਭੱਜ ਗਿਆ, ਆਪਾਂ ਇੱਦਾਂ ਕਰੀਏ ਆਪਾਂ ਲੈਣੀ ਆ ਜੀ ਬ੍ਰੇਕ, ਬ੍ਰੇਕ ਦੇ ਦੌਰਾਨ ਨਾ ਪ੍ਰਭਦੀਪ ਦਾ ਜਿਹੜਾ ਕੱਲ ਵਾਲਾ ਪ੍ਰੋਗਰਾਮ ਆ ਉਹ ਜਿਹੜਾ ਉਹਨੇ 5 ਮਿੰਟ ਹੀ ਲਾਉਣੇ ਆਪਾਂ, ਜਿਹੜਾ ਉਹਨੇ ਜਿੱਦਾਂ ਕੀਤਾ ਆ ਉਹ ਸੁਣ ਲੈਣਾ, ਫਿਰ ਬ੍ਰੇਕ ਤੋਂ ਬਾਅਦ ਜਿਹੜਾ ਸਵਾਰ ਕੇ ਉਹਨੇ ਪਾਇਆ ਖਾਲਸਾ ਨੇ ਜਾਣੇ ਨੇ ਫਿਰ ਉਹ ਸੁਣਨਾ ਆਪਾਂ, ਉਹ ਤੋਂ ਪਹਿਲਾਂ ਉਹ 2-4 ਮਿੰਟ ਦੀ ਹੈਗੀ ਜੈਬ ਸਿੰਘ ਹੁਣਾਂ ਦੀ ਉਹ ਲਾ ਕੇ ਆਪਾਂ ਪ੍ਰਭਦੀ ਗੱਲ ਤਾਂ ਬਹੁਤੀ ਹੁਣ ਕਰਨੀ ਹੁਣੀ ਇੱਦਾਂ ਹਨਾ, ਪਰ ਉਹਨੂੰ ਇੱਦਾਂ ਲਾ ਲਵਾਂਗੇ ਆਪਾਂ ਠੀਕ, ਇਹਨੂੰ ਜਿੰਨੀ ਕੁ ਵੀ ਹੋਈ ਉਹ ਤੇ ਗੱਲ ਕਰ ਲੈ, ਜਿਹੜਾ ਹੁਣ ਹੋਇਆ ਪ੍ਰੋਗਰਾਮ ਆ ਉਹਨੂੰ ਸੁਣ ਲਿਓ ਪਹਿਲਾਂ।